ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 5593745441। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9298 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਪੰਜਾਬ ਦੇ ਵਿੱਚ ਫੌਜ ਦੀ ਮਦਦ ਦੇ ਨਾਲ ਹੁਣ ਖਾਣਾ ਵੰਡਣ ਦਾ ਕੰਮ ਸ਼ੁਰੂ ਹੋਇਆ। ਦੇਖੋ, ਇਹਨਾਂ ਨੇ ਫੌਜ ਦੀ ਮਦਦ ਤੇ ਲਈ ਆ, ਕੁਛ ਹੈਲੀਕਾਪਟਰ ਆ ਜਿਹੜੇ ਇਸ ਕੰਮ ਵਾਸਤੇ ਲਏ ਆ, ਪਰ ਗੱਲ ਨਹੀਂ ਬਣਦੀ ਪਈ। ਅਸਲ ਦੇ ਵਿੱਚ ਕੀ ਆ ਕਿ ਦੇਖੋ, ਬਿਸਕੁਟ ਵਗੈਰਾ ਸੁੱਟਦੇ ਆ ਜਾਂ ਉੱਥੋਂ ਹੋਰ ਕੁਛ ਚੀਜ਼ਾਂ ਸੁੱਟਦੇ ਆ, ਤੇ ਉਹ ਮਤਲਬ ਭੁਰਪੜ ਜਾਂਦੀਆਂ ਚੀਜ਼ਾਂ, ਥੱਲੇ ਵੱਜੀਆਂ ਤਾਂ ਜੇ ਪਾਣੀ ਚ ਡਿੱਗ ਪਈ ਉਹ ਚੀਜ਼ ਗੱਲ ਗਈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੱਦੇਨਜ਼ਰ ਇਹਨਾਂ ਨੂੰ ਪਹਿਲਾਂ ਰੱਖਣੀਆਂ ਚਾਹੀਦੀਆਂ ਸੀਗੀਆਂ ਕਿ ਠੀਕ ਆ ਕਿ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਆ, ਤਾਂ ਉਹਨਾਂ ਨੂੰ ਆਪਾਂ ਨਕਾਰ ਨਹੀਂ ਸਕਦੇ ਜਿੱਦਾਂ ਦੇ ਯਤਨ ਕੀਤੇ ਆ। ਤਾਂ ਜੇ ਮੰਨ ਲਓ ਥੱਲੇ ਕਰਨਗੇ ਹੈਲੀਕਾਪਟਰ ਤੇ, ਤਾਂ ਵੀ ਥੋੜਾ ਜਿਹਾ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਹੋ ਜਾਂਦੀਆਂ, ਗੜਬੜੀ ਹੋ ਜਾਂਦੀ ਆ। ਤਾਂ ਕਹਿੰਦਾ ਭਾਵ ਇਹ ਆ ਕਿ ਇਮਦਾਦ ਜ਼ਰੂਰ ਲਈ ਆ, ਪਰ ਸਭ ਤੱਕ ਨਹੀਂ ਪਹੁੰਚ ਪਾ ਰਹੀ। ਸਭ ਤੋਂ ਵੱਡੀ ਗੱਲ ਇਹ ਆ, ਜਿੱਦਾਂ ਅੱਜ ਤੁਸੀਂ ਦੇਖੋਗੇ ਸੰਤ ਬਲਵੀਰ ਸਿੰਘ ਸੀਚੇਵਾਲ ਹੋ ਰਹੀ ਜਾਂ ਹੋਰ ਬਹੁਤ ਸਾਰੇ ਉੱਦਮੀ ਲੱਗੇ ਹੋਏ ਆ, ਖਾਲਸਾ ਏਡ ਵਾਲੇ ਲੱਗੇ ਹੋਏ ਆ, ਹੋਰ ਜਿਹੜੇ ਮਨੁੱਖਤਾਵਾਦੀ ਲੋਕ ਲੱਗੇ ਹੋਏ ਆ, ਜਿੱਦਾਂ ਉਹ ਹੇਠਲੇ ਪੱਧਰ ਤੇ ਯਤਨ ਕਰਦੇ ਪਏ ਆ, ਲੋਕਾਂ ਤੱਕ ਪਹੁੰਚਦੇ ਪਏ ਆ। ਔਰ ਕਮਾਲ ਦੀ ਗੱਲ ਆ ਕਿ ਮੈਂ ਇੱਕ ਸਮਾਜ ਸੇਵੀ ਦਾ ਹੁਣ ਵਰਸ਼ਨ ਸੁਣਦਾ ਪਿਆ ਸੀਗਾ, ਉਹ ਕਹਿੰਦੇ ਕਿ ਲੰਗਰ ਇੰਨਾ ਘੱਲਿਆ ਪੰਜਾਬੀਆਂ ਨੇ, ਇੰਨਾ ਘੱਲਿਆ ਖਾਣਾ, ਇੰਨਾ ਘੱਲਿਆ, ਮੂੰਹ ਮੁੜ ਜਾਂਦੇ ਆ, ਮਤਲਬ ਕਿ ਵੱਧ ਜਾਂਦੇ ਆ ਟਰਾਲੀਆਂ ਦੇ ਹਿਸਾਬ ਨਾਲ ਲੰਗਰ ਜਿਹੜਾ ਉਹ ਜਾਣ ਡਿਆ ਆ। ਤਾਂ ਇਹ ਇਸ ਮਿੱਟੀ ਦੀ ਮੈਂ ਕਹਿੰਦਾ ਕਿ ਖਸਲਤ ਹੈ, ਇਸ ਮਿੱਟੀ ਦੀ ਇਹ ਮਹਾਨਤਾ ਹੈ ਕਿ ਦੇਖੋ ਆਮ ਤੌਰ ਤੇ ਇੱਕ ਵਾਰੀ ਮੇਰੇ ਵੀ ਇੱਕ ਮਿੱਤਰ ਨੇ ਪੁੱਛਿਆ ਸੀ, ਮੈਂ ਘਟਨਾ ਸਾਂਝੀ ਵੀ ਕੀਤੀ ਆ ਫੇਸਬੁੱਕ ਪੇਜ ਤੇ, ਕਿ ਇੱਕ ਵਾਰੀ ਗੈਰ ਪੰਜਾਬੀ ਮੇਰੇ ਮਿੱਤਰ ਨੇ ਪੁੱਛਿਆ ਮੈਨੂੰ ਕਿ ਤੂੰ ਪੰਜਾਬ ਪੰਜਾਬ ਕੂਕਦਾ ਰਹਿੰਦਾ, ਲਹਿਦਾ ਕੀ ਆ ਉੱਥੇ? ਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਬਿਪਤਾ ਵੇਲੇ ਨਾ, ਬਾਹਰ ਆਮ ਤੌਰ ਤੇ ਸਾਡੀ ਇੰਡੀਆ ਚ ਜਦੋਂ ਬਿਪਤਾ ਪੈਂਦੀ ਆ ਤੇ ਲੋਕ ਜਿਹੜੇ ਹੁੰਦੇ ਆ ਨਾ, ਉਹ ਲੋਕਾਂ ਨੂੰ ਲੁੱਟਣ ਪੈ ਜਾਂਦੇ ਆ। ਸਾਡੇ ਇੱਥੇ ਲੁੱਟਦੇ ਨੀ, ਸਾਡੇ ਇੱਥੋਂ ਲਟਾਉਣ ਨਿਕਲ ਪੈਂਦੇ ਆ, ਕਿ ਜੋ ਬਚਿਆ ਹੁੰਦਾ, ਜਿਹੜੇ ਬਚੇ ਹੁੰਦੇ ਆ, ਜੋ ਉਹਨਾਂ ਕੋਲ ਪਿਆ ਹੁੰਦਾ, ਕਿ ਕੱਲ ਨੂੰ ਸਾਡੇ ਤੇ ਹੋਊ ਤਾਂ ਫਿਰ ਕੀ ਬਣੂ। ਇਸ ਗੱਲ ਦੀ ਪਰਵਾਹ ਕਰਨ ਦੀ ਥਾਂ ਤੇ ਉਹ ਜੋ ਬਚਿਆ ਹੁੰਦਾ ਉਹ ਪੀੜਤਾਂ ਤੱਕ ਪਹੁੰਚਾਉਣ ਨੂੰ ਪਹਿਲ ਦਿੰਦੇ ਆ। ਸੋ ਇਹ ਮਹਾਨਤਾ। ਤਾਂ ਲੋਕ ਬਹੁਤ ਵਧੀਆ ਕੰਮ ਕਰਦੇ ਪਏ, ਬੜਾ ਵਧੀਆ ਉੱਦਮ ਕਰਦੇ ਪਏ ਆ, ਪਰ ਸਮੱਸਿਆਵਾਂ ਕਈ ਨੇ। ਹੁਣ ਦੇਖੋ ਲੋਕ ਕੋਠਿਆਂ ਤੇ ਚੜੇ ਆ ਕਈ ਕਈ ਦਿਨ, ਤਾਂ ਇਸ ਤੋਂ ਇਲਾਵਾ ਖਾਣਾ ਵੀ ਚਲੋ ਪਹੁੰਚਦਾ ਹੋ ਜਾਊਗਾ। ਫਿਰ ਦੂਜੀ ਗੱਲ ਇਹ ਆ ਕਿ ਪੀਣ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਨਾ, ਕਿੱਲਤ ਆ, ਇਹ ਹੁਣ ਇਹ ਹੈ ਤੇ ਤਰਾਸਦੀ ਆ ਨਾ। ਵੇਖੋ ਕਿ ਇੱਕ ਪਾਸੇ ਤੇ ਪਾਣੀ ਪਾਣੀ ਆ, ਪਾਣੀ ਚ ਘਰੀ ਘਿਰੀ ਜ਼ਿੰਦਗੀ ਪਿਆਸੀ ਹੋਵੇ ਤੇ ਕਿਹੋ ਜਿਹਾ ਹੋਊਗਾ ਮਾਹੌਲ, ਤੁਸੀਂ ਆਪ ਹੀ ਦੇਖੋ। ਪਰ ਚੱਕਰ ਇਹ ਆ ਕਿ ਹੁਣ ਜਦੋਂ ਲਾਈਟ ਹੀ ਹੈ ਨੀ, ਬਿਜਲੀ ਹੈ ਨੀ, ਤਾਂ ਫਿਰ ਪਾਣੀ ਕਿੱਦਾਂ ਨਿਕਲੂਗਾ? ਕਿਉਂਕਿ ਉਹ ਜ਼ਮਾਨਾ ਤੇ ਗਿਆ ਜਦੋਂ ਪੰਜਾਬ ਦੇ ਵਿੱਚ ਨਲਕੇ ਵਗੈਰਾ ਹੁੰਦੇ ਸੀਗੇ, ਹੁਣ ਸਮਰਸੀਬਲ ਬੋਰ ਚੱਲਦੇ ਆ ਤੁਹਾਨੂੰ ਪਤਾ, ਤੇ ਸਮਰਸੀਬਲ ਬੋਰ ਕਾਹਦੇ ਨਾਲ ਚੱਲਣਗੇ? ਸਮਰਸੀਬਲ ਬੋਰ ਚੱਲਣੇ ਆ ਲਾਈਟ ਦੇ ਨਾਲ, ਬਿਜਲੀ ਦੇ ਨਾਲ, ਤੇ ਬਿਜਲੀ ਹੁਣ ਪਾਣੀ ਚ ਥੋੜੀ ਛੱਡੀ ਜਾ ਸਕਦੀ ਆ। ਸੋ ਪਾਣੀ ਦੀ ਵੀ ਬੜੀ ਵੱਡੀ ਸਮੱਸਿਆ, ਦਵਾਈਆਂ ਦੀ ਆ, ਹੁਣ ਪਸ਼ੂ ਬਿਮਾਰ ਹੋਣੇ ਸ਼ੁਰੂ ਹੋ ਗਏ ਆ, ਉਹਨਾਂ ਨੂੰ ਦਾਣਾ ਪੱਠਾ ਵੀ ਚਾਹੀਦਾ। ਲੋਕ ਲੱਗੇ ਤੇ ਹੋਏ ਆ, ਪਰ ਨੁਕਸਾਨ ਕਾਫੀ ਡਾਢਾ ਹੋ ਗਿਆ ਤੇ ਤਕਰੀਬਨ 300 ਪਿੰਡ ਨੁਕਸਾਨੇ ਗਏ ਹੁਣ ਤੱਕ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਪੀੜਤ ਆ ਉਹਨਾਂ ਦੀ ਗਿਣਤੀ ਜਿਹੜੀ ਆ ਹਜ਼ਾਰਾਂ ਦੇ ਵਿੱਚ ਆ। ਤਾਂ ਹਜ਼ਾਰਾਂ ਤੱਕ ਸਾਰੀਆਂ ਸਹੂਲਤਾਂ ਯਕਦਮ ਪਹੁੰਚਾਉਣੀਆਂ, ਉਹ ਸਰਕਾਰ ਦੇ ਤਾਂ ਬਸ ਦਾ ਹੈ ਹੀ ਨਹੀਂ, ਇਹਨਾਂ ਕੋਲ ਤੇ ਮੈਕਾਨਿਜ਼ਮ ਹੀ ਹੈ ਨੀ ਗਾ ਇਸ ਤਰ੍ਹਾਂ ਦਾ। ਪੂਰੇ ਇੰਡੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀ ਪਹੁੰਚ ਨਹੀਂ ਰੱਖਦੇ ਹੋਣਗੇ। ਹਾਂ, ਜੇ ਚਾਹੁਣ ਤੇ ਬਣਾ ਜ਼ਰੂਰ ਸਕਦੇ ਆ, ਪਰ ਹਾਲ ਦੀ ਖੜੀ ਹੈ ਨੀ। ਪਰ ਲੋਕ ਜਿੰਨਾ ਕੋਈ ਯਤਨ ਕਰਦੇ ਪਏ ਆ ਉਹ ਬਾ ਕਮਾਲ ਆ, ਕਾਬਲੇ ਤਾਰੀਫ ਆ। ਤਾਂ ਹੁਣ ਲੋਕਾਂ ਨੂੰ ਇਹ ਵੀ ਚਾਹੀਦਾ ਕਿ ਦਵਾਈ ਦੱਪੇ ਵਾਲੇ ਪਾਸੇ ਵੀ ਹੁਣ ਪਾਣੀ ਭੇਜਿਆ ਜਾਣਾ ਚਾਹੀਦਾ, ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਹੁੰਮਸ ਦਾ ਮੌਸਮ ਆ, ਪਿਆਸ ਵਗੈਰਾ ਬਹੁਤ ਲੱਗਦੀ, ਜਿਹੜੇ ਲੋਕ ਉੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਪਿਆਸ ਲੱਗੂਗੀ, ਤਾਂ ਪਾਣੀ ਭੇਜਿਆ ਜਾਣਾ ਚਾਹੀਦਾ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਐਸਟੀਮੇਟ ਭੇਜਣੇ ਸ਼ੁਰੂ ਕਰ ਦਿੱਤੇ ਆ। ਮੈਂ ਅੱਗੇ ਕਹਿੰਦਾ ਹੁੰਦਾ ਕਿ ਇਹ ਉਹ ਲੋਕ ਆ ਜਿਹੜੇ ਤਬਾਹੀ ਚੋਂ ਮਲਾਈ ਪਾਲਦੇ ਆ, ਮਤਲਬ ਕਿ ਕੇਂਦਰ ਹੁਣ ਕੋਈ ਗ੍ਰਾਂਟ ਗਰੂੰਟ ਸੁੱਟੇ ਵਿੱਚ ਸਾਡਾ ਵੀ ਕੰਮ ਚੱਲੇ, ਤੇ ਅੱਗੇ ਆਪਾਂ ਵੇਖਦੇ ਹੁਣ ਜਿੰਨੇ ਬੰਨ ਟੁੱਟੇ ਆ ਉਹ ਦੱਸਦੇ ਕਿ ਓਵਰਫਲੋ ਹੋ ਕੇ ਟੁੱਟੇ ਆ, ਓਵਰਫਲੋ ਹੋ ਕੇ ਟੁੱਟੇ ਆ। ਤਾਂ ਇਹਦਾ ਮਤਲਬ ਇਹ ਆ ਕਿ ਜੋ ਗਾਰ ਆਉਂਦੀ ਉਹ ਜੰਮ ਜਾਂਦੀ ਹੈ, ਡਾਫ ਲੱਗ ਜਾਂਦੀ ਹੈ, ਨਿਕਾਸੀ ਸਹੀ ਢੰਗ ਨਾਲ ਨਹੀਂ ਹੁੰਦੀ, ਬੰਨ ਜਿਹੜੇ ਆ ਉਹ ਖੁਰਚੇ ਹੋਏ ਆ। ਇਸ ਤਰ੍ਹਾਂ ਹੀ ਇਹ ਜਿਹੜੇ ਬੰਨ ਆ ਥਾਂ ਥਾਂ ਤੋਂ ਟੁੱਟੇ ਆ, ਜਿਹੜੇ ਕਿ ਨੁਕਸਾਨ ਦਾ ਕਾਰਨ ਬਣੇ ਆ। ਤਾਂ ਕਹਿੰਦਾ ਭਾਵ ਇਹੋ ਆ ਕਿ
ਦੇਖੋ ਇਹਨਾਂ ਨੇ ਐਸਟੀਮੇਟ ਭੇਜਣੇ ਸ਼ੁਰੂ ਕਰ ਦਿੱਤੇ ਜੀ, ਸਾਡਾ ਇੰਨੇ 100 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ, ਸਾਨੂੰ ਇੰਨੇ ਕਰੋ ਇੰਨੇ 100 ਕਰੋੜ ਦਾ ਪੈਕੇਜ ਦਿਓ। ਉਹ ਗੱਲਾਂ ਬਾਅਦ ਦੀਆਂ ਜਦੋਂ ਆਊਗਾ ਦੇਖੀ ਜਾਊਗੀ, ਪਰ ਇਸ ਵੇਲੇ ਜੋ ਲੋਕ ਕਰਦੇ ਪਏ ਆ ਉਹ ਸਰਕਾਰ ਤੋਂ ਕਾਫੀ ਜ਼ਿਆਦਾ ਹੈ। ਸਰਕਾਰ ਨੂੰ ਜੋ ਕਰਨਾ ਚਾਹੀਦਾ ਸੀਗਾ ਉਹ ਨਹੀਂ ਕਰ ਪਾ ਰਹੀ, ਇਹ ਲੋਹੇ ਤੇ ਲਿਖੀ ਗੱਲ ਆ। ਤਾਂ ਇਹ ਕੰਧ ਤੇ ਪੜਿਆ ਸੱਚ ਆ ਕਿ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰ ਕਰ ਸਕਦੀ ਸੀ ਉਹ ਨਹੀਂ ਕਰ ਪਾ ਰਹੀ, ਉਹ ਹੁਣ ਪਤਾ ਨਹੀਂ। ਵੈਸੇ ਵੀ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿੰਨੇ ਵੀ ਇਮਤਿਹਾਨਾਂ ਚ ਉਤਰੀ ਆ, ਕਿਸੇ ਵੀ ਇਮਤਿਹਾਨ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਸਕੀ ਆ। ਤਾਂ ਹੁਣ ਵੀ ਇਹਨਾਂ ਦੇ ਕੋਲ ਇੱਕ ਮੌਕਾ ਸੀਗਾ ਜਦੋਂ ਲੋਕਾਂ ਤੱਕ ਇਹ ਪਹੁੰਚ ਸਕਦੇ ਸਨ, ਪਰ ਨਹੀਂ ਪਹੁੰਚੇ। ਪਰ ਬਹਰਹਾਲ ਜੋ ਕੁਛ ਕਰ ਸਕਦੇ ਆ ਉਹ ਇਹਨਾਂ ਨੂੰ ਕਰਨਾ ਚਾਹੀਦਾ, ਹਾਲੇ ਵੀ ਮੌਕਾ ਹੈਗਾ, ਲੋਕਾਂ ਨੂੰ ਇਹਨਾਂ ਨੂੰ ਜਾ ਕੇ ਬਰਾਉਣਾ ਚਾਹੀਦਾ, ਲੋਕਾਂ ਨੂੰ ਜਾ ਕੇ ਇਹਨਾਂ ਨੂੰ ਧੀਰਜ ਦੇਣੀ ਚਾਹੀਦੀ ਆ, ਉਹਨਾਂ ਨੂੰ ਹਰੇਕ ਪ੍ਰਕਾਰ ਦੀ ਸਹਾਇਤਾ ਦੇਣੀ ਚਾਹੀਦੀ ਆ। ਪਰ ਮੈਨੂੰ ਮੁਸ਼ਕਲ ਲੱਗਦਾ ਕਿਉਂਕਿ ਤੇ ਡੰਗ ਟਪਾਊ ਨੀਤੀ ਤੇ ਆ ਕਿ ਕਦੋਂ ਇਹ ਸਮਾਂ ਲੰਘੇ, ਕਦੋਂ ਸਾਡੀ ਜਾਨ ਛੁੱਟੇ। ਜੀ ਜੀ, ਅਤੇ ਬਾਕੀ ਜਿਹੜੇ ਮਦਦ ਕਰ ਰਹੇ ਆ ਉਹ ਜਿਹੜੀਆਂ ਇਕੱਲੇ ਲੰਗਰ ਦੇ ਨਾਲ ਨਾਲ ਹੋਰ ਚੀਜ਼ਾਂ ਦਾ ਵੀ ਜ਼ਰੂਰ ਜਿਹੜਾ ਉਹ ਧਿਆਨ ਰੱਖਣ, ਮੱਛਰ ਵੀ ਕਾਫੀ ਹੋ ਸਕਦਾ ਆ ਮੀਂਹ ਤੋਂ ਬਾਅਦ ਦੇ ਵਿੱਚ। ਸੋ ਜ਼ਰੂਰਤ ਅਨੁਸਾਰ ਜਦੋਂ ਇੱਥੇ ਵੀ ਕੋਈ ਆਫਤ ਆਉਂਦੀ ਆ ਤਾਂ ਵੱਖ ਵੱਖ ਚੀਜ਼ਾਂ ਜਿਹੜੀਆਂ ਘੱਲੀਆਂ ਜਾਂਦੀਆਂ, ਸੋ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹਨਾਂ ਲੋਕਾਂ ਦੀ ਜ਼ਰੂਰਤ ਦੇ ਅਨੁਸਾਰ ਜਿਹੜਾ ਧਿਆਨ ਰੱਖ ਕੇ ਚੀਜ਼ਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ, ਔਰ ਕਰਨਾ ਚਾਹੀਦਾ ਔਰ ਦਾਨ ਕਰਨਾ ਚਾਹੀਦਾ ਇਸ ਸਮੇਂ। ਕਹਿੰਦੇ ਆ ਕਿ ਦਾਨ ਦੇ ਲਈ ਵਰਤਮਾਨ ਹੀ ਸਭ ਤੋਂ ਵਧੀਆ ਸਮਾਂ ਹੁੰਦਾ, ਤਾਂ ਵਰਤਮਾਨ ਹੈ, ਉਡੀਕਣਾ ਨੀ ਚਾਹੀਦਾ। ਬਿਲਕੁਲ, ਜਦੋਂ ਅਸੀਂ ਉੱਤੇ ਭੇਜਦੇ ਹਾਂ ਨਾ ਵਿੱਚ ਉਹ ਕਰਦੇ ਹੀ ਹਾਂ ਅਸੀਂ ਪੰਜਾਬੀ ਕਿੰਨੇ ਪਖੰਡ ਕਰਦੇ ਹਾਂ ਕਿ ਉਹ ਮਰਿਆਂ ਤੱਕ ਕੱਪੜੇ ਜਾਂਦੇ ਆ ਜੀ ਸਾਡੇ ਮਰਿਆਂ ਤੱਕ, ਅਸੀਂ ਉਹ ਚੀਜ਼ਾਂ ਨੂੰ ਛੱਡ ਕੇ ਵਰਤਮਾਨ ਦੇ ਵਿੱਚ ਜੀਣਾ ਚਾਹੀਦਾ, ਦਾਨ ਕਰਨਾ ਚਾਹੀਦਾ। ਮੈਂ ਤੇ ਬੇਨਤੀ ਕਰੂੰਗਾ ਉਹਨਾਂ ਲੋਕਾਂ ਨੂੰ ਵੀ ਜਿਹੜੇ ਪੰਜਾਬੀਆਂ ਦੇ ਪੱਲੇ ਉਹ ਰੋਟੀ ਖਾਂਦੇ ਆ ਕਿ ਉਹ ਵੀ ਚੈਰਿਟੀ ਵਗੈਰਾ ਕਰਨ, ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਚੈਰਿਟੀ ਸ਼ੋ ਕਰਦੇ ਆ ਉਹਨਾਂ ਦੇ ਜਿਹੜੇ ਵੱਡੇ ਸਟਾਰ ਹੁੰਦੇ ਆ ਜਾਂ ਜਿਹੜੇ ਵੱਡੇ ਅਦਾਕਾਰ ਹੁੰਦੇ ਆ, ਕਿ ਉਹ ਆਉਣਗੇ ਤਾਂ ਹੋਰ ਵੀ ਹੌਸਲਾ ਵਧੂਗਾ ਲੋਕਾਂ ਦਾ। ਕਹਿਣ ਦਾ ਮਤਲਬ ਕਿ ਹਰੇਕ ਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਲੋਕ ਹੀ ਆ, ਤੇ ਬਿਪਤਾ ਜਿਹੜੀ ਆ ਉਹ ਕਿਸੇ ਦਾ ਨੇਮ ਪਲੇਟ ਤੋਂ ਨਾ ਪੜ ਕੇ ਨਹੀਂ ਆਉਂਦੀ, ਉਹ ਕਿਸੇ ਤੇ ਵੀ ਆ ਸਕਦੀ, ਕਿਸੇ ਵੇਲੇ ਵੀ ਆ ਸਕਦੀ ਆ। ਜੀ, ਅਤੇ ਜ਼ਰੂਰ ਜਿਹੜਾ ਪੰਜਾਬੀ ਮਾਂ ਬੋਲੀ ਦੇ ਨਾਂ ਦੇ ਉੱਤੇ ਕਾਫੀ ਜਿਹੜੇ ਆਪਣੇ ਆ ਕਾਰੋਬਾਰ ਖੋਲ੍ਹੀ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਹੋਈ ਕਰਦੇ ਹਾਂ ਵੀ ਭਾਈ ਤੁਸੀਂ ਵੀ ਹੁਣ ਪੰਜਾਬੀਆਂ ਦੇ ਉੱਤੇ ਆਫਤਾ ਹੀ ਆ, ਉਸ ਨਾਂ ਦਾ ਉਸ ਦਾ ਤੁਸੀਂ ਖਾਂਦੇ ਪੀਂਦੇ ਹੋ, ਵੀ ਹੁਣ ਉਹਨਾਂ ਦੀ ਮਦਦ ਵੱਲ ਨੂੰ ਵੀ ਜਿਹੜਾ ਗਾਂ ਜਿਹੜਾ ਉਹ, ਨਹੀਂ ਤਾਂ ਲੋਕਾਂ ਨੇ ਫਿਰ ਤੁਹਾਨੂੰ ਕਈ ਤਰੀਕੇ ਦੇ ਸਵਾਲ ਪੁੱਛਣੇ ਵੀ ਤੁਸੀਂ ਮੌਕੇ ਵੇਲੇ ਕਿੱਥੇ ਸੀਗੇ। ਅਗਲੀ ਜਿਹੜੀ ਆ ਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ ਵਾ, ਹੜ੍ਹ ਕਰਨਾਟਕ ਦੇ ਵਿੱਚ ਵੀ ਆਏ, ਮਹਾਰਾਸ਼ਟਰ ਦੇ ਵਿੱਚ ਵੀ ਆਏ। ਆਮਿਰ ਖਾਨ ਨੇ 40 ਲੱਖ ਰੁਪਇਆ ਦਿੱਤਾ ਕਿਉਂਕਿ ਉਹ ਹੁਣ ਮਹਾਰਾਸ਼ਟਰ ਦਾ ਖਾਂਦੇ, ਉੱਥੇ ਉਹਨਾਂ ਦੀ ਕਰਮ ਭੂਮੀ ਆ ਮੁੰਬਈ, ਤੇ ਨਾਨਾ ਪਾਟੇਕਰ ਵੀ ਕਿਸਾਨਾਂ ਲਈ ਉੱਥੇ ਕੰਮ ਕਰਦਾ, ਅਮਿਤਾਭ ਬੱਚਨ ਵੀ ਦਿੰਦਾ, ਤਾਂ ਉਹ ਦੇਖ ਲਓ ਜਿੱਥੇ ਰਹਿੰਦੇ ਆ। ਹਾਲਾਂਕਿ ਇਹ ਇੰਡੀਆ ਦੇ ਵੱਖੋ ਵੱਖਰੇ ਕੋਨਿਆਂ 'ਚ ਜੰਮੇ ਪਲੇ ਆ, ਪਰ ਜਿੱਥੇ ਇਸ ਟਾਈਮ ਰਹਿ ਰਹੇ ਆ, ਜਿੱਥੇ ਉਹ ਕੰਮ ਕਰਦੇ ਆ, ਕਿਰਤ ਕਰਦੇ ਆ, ਉੱਥੋਂ ਦੇ ਲੋਕਾਂ ਦਾ ਸੋਚਦੇ ਵੀ ਆ। ਤਾਂ ਜਿੱਥੇ ਅਸੀਂ ਜੰਮੇ ਪਲੇ ਹਾਂ, ਜਿੱਥੇ ਅਸੀਂ ਕਿਰਤ ਕਰਦੇ ਹਾਂ, ਸਾਡਾ ਸਾਰਿਆਂ ਦਾ ਬਣਦਾ। ਤਾਂ ਮੇਰੇ ਖਿਆਲ ਦੇ ਨਾਲ ਅੱਗੇ ਜਾ ਕੇ ਸਾਨੂੰ ਹੋਰ ਵੀ ਥੋੜਾ ਖੁੱਲ ਕੇ ਕੰਮ ਕਰਨਾ ਪਊਗਾ, ਕਿਉਂਕਿ ਮੈਂ ਜਿਵੇਂ ਅੱਗੇ ਕਿਹਾ ਕਿ ਇਹ ਜਿਹੜਾ ਤਬਾਹੀ ਦਾ ਪਾਣੀ ਹੁੰਦਾ ਉਹ ਆ ਕੇ ਚਲੇ ਜਾਂਦਾ, ਪਰ ਉਹ ਜੋ ਜ਼ਖਮ ਦੇ ਕੇ ਜਾਂਦਾ ਨਾ ਉਹ ਕਈ ਸਾਲਾਂ ਤੱਕ ਰਿਸ਼ਤੇ ਰਹਿੰਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਚਿਦੰਬਰਮ ਹੁਣਾਂ ਨੇ ਆਪਣੇ ਸਮੇਂ 'ਚ ਅਮਿਤ ਸ਼ਾਹ ਨੂੰ ਅੰਦਰ ਕੀਤਾ ਸੀ, ਹੁਣ ਉਹਨਾਂ ਦੇ ਅੰਦਰ ਜਾਣ ਦੀ ਵਾਰੀ ਆਈ ਹੈ ਲੱਗਦਾ। ਫਿਰ ਤਾਂ ਹੀ ਕਿਸੇ ਨੇ ਕਿਹਾ ਤੂੰ ਇਹ ਵਕਤ ਪਲਟ ਕਰ ਕਭੀ ਦੇਖਾ ਕੈਸੇ ਹੈ ਸਭ ਤੇਰੀ ਰਫਤਾਰ ਕੇ ਮਾਰੇ ਹੋਏ ਲੋਕ। ਵਕਤ ਜਿਹੜਾ ਹੈ ਨਾ ਉਹ ਕਦੇ ਪਲਟ ਕੇ ਨਹੀਂ ਦੇਖਦਾ ਪਿੱਛੇ, ਕਿ ਉਹਦੀ ਰਫਤਾਰ ਦੇ ਨਾਲ ਜਿਹੜੇ ਰਗੜੇ ਗਏ ਆ ਉਹਨਾਂ ਦਾ ਹਾਲ ਹਸ਼ਰ ਕੀ ਆ। ਖੈਰ ਪੀ ਚਿਦੰਬਰਮ ਦੀਆਂ ਜੀ ਦੁੜਕੀਆਂ ਲੱਗ ਗਈਆਂ, ਬਹੁਤ ਤਕੜਾ ਵਕੀਲ ਆ, ਤੁਸੀਂ ਵੇਖਿਆ ਹੋਣਾ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕਦੇ ਕਦੇ ਸੇਵਾਵਾਂ ਲੈਂਦੇ ਆ, ਬੜੇ ਬਿਰਲੇ ਟਾਵੇ ਮੌਕੇ ਤੇ ਸੱਦਦੇ ਜਦੋਂ ਖਾਸ ਹੋਵੇ, ਤਾਂ ਉਦੋਂ ਪੀ ਚਿਦੰਬਰਮ ਕਾਲਾ ਕੋਟ ਪਹਿਨ ਕੇ ਜਾਂਦੇ ਆ, ਚਸ਼ਮਾ ਲਾ ਕੇ, ਤੇ ਲੋਕੀ ਕਹਿੰਦੇ ਆ ਕਿ ਆਇਆ ਵਕੀਲ ਹੁਣ ਤਗੜਾ। ਤੇ ਪਰ ਕਈ ਵਾਰ ਵਕੀਲਾਂ ਨੂੰ ਵਕੀਲ ਕਰਨੇ ਪੈ ਜਾਂਦੇ, ਇੱਥੋਂ ਤੱਕ ਕਿ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਆ। ਤਾਂ ਬਹਰਹਾਲ ਇਹ ਪੀ ਚਿਦੰਬਰਮ ਹੈ ਜਿਹੜਾ ਹੁਣ ਬਹੁਤ ਜ਼ਿਆਦਾ ਕਸੂਤਾ ਫਸ ਗਿਆ, ਕਸੂਤਾ ਇਸ ਕਰਕੇ ਫਸ ਗਿਆ ਕਿਉਂਕਿ INX ਮੀਡੀਆ ਵਾਲੇ ਮਾਮਲੇ ਦੇ ਵਿੱਚ ਤੁਸੀਂ ਇੱਕ ਕੇਸ ਜ਼ਰੂਰ ਸੁਣਿਆ ਹੋਣਾ, ਮੈਂ ਸੰਖੇਪ ਦੇ ਵਿੱਚ ਕਹਿੰਦਾ, ਸ਼ੁੱਕਰਵਾਰ ਆਪਾਂ ਜਾਂ ਸ਼ਨੀਵਾਰ ਖੁੱਲ ਕੇ ਗੱਲ ਕਰ ਲਵਾਂਗੇ। ਇੰਦਰਾਨੀ ਮੁਖਰਜੀ ਦਾ ਨਾਮ ਜ਼ਰੂਰ ਸੁਣਿਆ, ਤਾਂ ਇੰਦਰਾਨੀ ਮੁਖਰਜੀ ਦੀ ਉਹ ਕੰਪਨੀ ਸੀਗੀ ਉਸ ਟਾਈਮ, ਇਹਨਾਂ ਦੀ ਚੜ੍ਹਤ ਸੀਗੀ, ਫਿਰ ਉਹ ਆਪਣੀ ਬੇਟੀ ਦੇ ਮਾਮਲੇ ਦੇ ਵਿੱਚ ਚਲੇ ਗਏ ਅੰਦਰ, ਤਾਂ ਉਹ ਬਣ ਗਈ ਸੀ ਵਹਿਦੇ ਮਾਫ ਗਵਾਹ, ਸਰਕਾਰੀ ਗਵਾਹ ਬਣ ਗਈ।
ਤਾਂ ਉਸ ਤੋਂ ਬਾਅਦ ਪੀ ਚਿਦੰਬਰਮ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ 'ਚ ਇਜ਼ਾਫਾ ਹੋ ਗਿਆ, ਕਿਉਂਕਿ ਪੀ ਚਿਦੰਬਰਮ ਨੂੰ ਜ਼ਮਾਨਤਾਂ ਮਿਲੀਆਂ ਸੀ, ਉਹ ਫਿਰ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਪੇਸ਼ਗੀ ਜ਼ਮਾਨਤਾਂ, ਭੱਜ ਦੜ ਪੈ ਗਈ ਕਿ ਮੈਂ ਹੁਣ ਜਾਵਾਂ ਕਿੱਧਰ ਨੂੰ। ਫਿਰ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਹੈ, ਤਾਕ ਤੇ ਬੈਠੇ ਜਿਹੜੇ ਝਾਕ ਤੇ ਬੈਠੇ ਲੋਕ ਸੀਗੇ, ED ਵਾਲੇ ਜਾਂ CBI ਵਾਲੇ, ਉਹ ਭੱਜ ਪਏ ਝਪ ਟੱਪੇ ਇਹਨਾਂ ਦੇ ਘਰ ਦੇ ਵਿੱਚ। ਅੱਜ ਮੇਰੇ ਖਿਆਲ ਦੇ ਨਾਲ ਦਸਤਕ ਵੀ ਦਿੱਤੀ ਗਈ ਹੈ ਇਹਨਾਂ ਵੱਲੋਂ, ਦਬਿਸ਼ ਵੀ ਦਿੱਤੀ ਗਈ ਆ। ਪਰ ਉਸ ਤੋਂ ਇਲਾਵਾ ਇੱਕ ਵਕੀਲਾਂ ਦੀ ਫੌਜ ਲੈ ਕੇ ਪਹੁੰਚੇ ਸੁਪਰੀਮ ਕੋਰਟ ਦੇ ਵਿੱਚ, ਫਿਰ ਮਾਮਲਾ ਚੀਫ ਜਸਟਿਸ ਦੇ ਕੋਲੇ ਗਿਆ। ਸ਼ੁੱਕਰਵਾਰ ਤੱਕ ਸੁਣਵਾਈ ਜਿਹੜੀ ਆ ਉਹ ਟਾਲ ਦਿੱਤੀ ਗਈ ਆ। ਇਨਵਿਟਵਿਨ ਹੋਇਆ ਇਹ ਆ ਕਿ ਇਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ। ਹੁਣ ਤੁਸੀਂ ਦੇਖੋ ਕਿ ਜਦੋਂ ਇਹ ਸੀਗੇ ਮੇਰੇ ਖਿਆਲ ਦੇ ਨਾਲ ਹੋਮ ਮਿਨਿਸਟਰ, ਤੇ ਇਹਨਾਂ ਨੇ ਅਮਿਤ ਸ਼ਾਹ ਜੇਲ੍ਹ ਦੀ ਦਾਲ ਖਵਾਈ ਸੀ, ਹੁਣ ਹੋਮ ਮਿਨਿਸਟਰ ਅਮਿਤ ਸ਼ਾਹ ਆ ਤੇ ਦਾਲ ਖਾਣ ਦੀ ਤਿਆਰੀ ਜਿਹੜੀ ਉਹ ਪੀ ਚਿਦੰਬਰਮ ਦੀ ਹੈ। ਤਾਂ ਵਕਤ ਹੈ ਜਿਹੜਾ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਕਹੀਏ ਕਿ ਉਲਟ ਬਿੰਦੂਆਂ ਤੇ ਖਲੋਤਾ ਹੈ। ਤਾਂ ਹੁਣ ਪੀ ਚਿਦੰਬਰਮ ਇਸ ਮਾਮਲੇ ਦੇ ਵਿੱਚ ਬਚਦਾ ਜਾਂ ਖਪਦਾ ਇਹ ਵੇਖਣਾ ਪਊਗਾ। ਵੈਸੇ ਇਹਨਾਂ ਦਾ ਤੇ ਸਿੱਧਾ ਫੰਡਾ ਆ ਕਿ ਬਚਣਗੇ ਉਹ ਜਿਹੜੇ ਸਾਡੇ ਨਾਲ ਗਏ ਖਲੋ। ਸਿੱਧਾ ਹਿਸਾਬ ਆ ਕਿ ਇਹ ਐਤਕੀ ਬਹੁਤ ਬੁਰੀ ਕਰਨਗੇ ਇਹਨਾਂ ਦੇ ਨਾਲ, ਤੇ ਜਿਹੜੇ ਤੇ ਆ ਗਏ ਉਹ ਤੇ ਸਮਝ ਲਓ ਕਿ ਇਹਨਾਂ ਦੇ ਨਹਾ ਕੇ ਸਰੋਵਰ ਦੇ ਵਿੱਚ ਉਹਦੇ ਐ ਚਿੱਟੇ ਬਗਲੇ ਬਣ ਜਾਣਗੇ, ਤੇ ਜਿਹੜੇ ਰਹਿ ਗਏ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਹੋਊਗਾ, ਨਿਸਲ ਬੁਰੀ ਤਰ੍ਹਾਂ ਕਰਨਗੇ ਐਤਕੀ। ਜੀ ਜੀ ਬਿਲਕੁਲ, ਜੇ ਤਾਂ ਗੰਗਾ ਨਹਾਉਣਾ ਤੇ ਵੜ ਜਾਓ BJP ਦੇ ਵਿੱਚ। ਅਗਲੀ ਜਿਹੜੀ ਆ ਗੱਲ ਕਰਦੇ, ਕਹਿੰਦੇ ਫੇਸਬੁੱਕ ਆਧਾਰ ਦੇ ਨਾਲ ਜੁੜਨ ਦੇ ਚਰਚਿਆਂ ਦੇ ਦਰਮਿਆਨ ਫੇਸਬੁੱਕ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਫੇਸਬੁੱਕ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ। ਵੈਸੇ ਅਫਵਾਹ ਉੱਡ ਗਈ ਸੀਗੀ ਕੱਲ ਦੀ ਹੋਈ ਕਿ ਜੀ ਫੇਸਬੁੱਕ ਹੈ ਜਿਹੜਾ ਆਧਾਰ ਕਾਰਡ ਦੇ ਨਾਲ ਜੁੜਨ ਜਾ ਰਿਹਾ। ਵੈਸੇ ਫੇਸਬੁੱਕ ਆਧਾਰ ਕਾਰਡ ਦੇ ਨਾਲ ਜੁੜ ਜਾਂਦਾ, ਕਿਵੇਂ ਜੁੜ ਜਾਂਦਾ ਤੁਹਾਨੂੰ ਬਿਹਤਰ ਪਤਾ ਹੈ ਕਿ ਆਧਾਰ ਕਾਰਡ ਤੋਂ ਬਗੈਰ ਉਹ ਵੈਰੀਫਾਈਡ ਕਰਦੇ ਹੀ ਨਹੀਂ ਅਕਾਊਂਟ ਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਹੁਣ ਪੰਗਾ ਪੈ ਗਿਆ ਕਿ ਹਰੇਕ ID ਜਾਣੀ ਹੈ ਜਿਹੜੀ ਉਹ ਫੇਸਬੁੱਕ ਆਧਾਰ ਕਾਰਡ ਦੇ ਨਾਲ ਜਾਣੀ ਲਿੰਕ ਹੋਣੀ ਚਾਹੀਦੀ ਆ। ਤੇ ਮਾਮਲਾ ਕਿਵੇਂ ਉੱਠਿਆ ਸੀ, ਕਦੋਂ ਉੱਠਿਆ ਸੀ, ਇਹਦਾ ਇੱਕ ਪਿਛੋਕੜ ਆ, ਕਿਉਂਕਿ ਸਾਡੇ ਲੋਕ ਤੁਹਾਨੂੰ ਪਤਾ ਜਿੱਦਾਂ ਪਿੱਛੋਂ ਕੋਈ ਪੋਸਟ ਆ ਗਿਆ ਤੜਾਕ 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 ਨਾ ਫਾਰਵਰਡ ਕਰ ਦਿੰਦੇ ਆ। ਮਸਲਾ ਇਹ ਸੀਗਾ ਕਿ ਦੱਖਣ ਦੇ ਵਿੱਚ ਨਾ ਕੁਛ ਲੀਡਰਾਂ ਤੇ ਬਹੁਤ ਕਿੰਤੂ ਪਰੰਤੂ ਹੁੰਦੇ ਆ, ਉਹਨਾਂ ਦੇ ਜਿਹੜੇ ਵਿਦਵਾਨ ਆ ਜਾਂ ਉਹਨਾਂ ਦੇ ਜਿਹੜੇ ਲੇਖਕ ਬੜਾ ਤਿੱਖਾ ਲਿਖਦੇ ਆ, ਉਹਨਾਂ ਲੀਡਰਾਂ ਨੇ ਇੱਕ ਮੁਹਿੰਮ ਵਿੱਢ ਦਿੱਤੀ ਸੀ। ਉਹਨਾਂ ਦੇ ਆਪਣੇ ਬੰਦੇ ਕੋਸ਼ੀ ਜਿਹੜੇ ਸੀਗੇ ਉਹ ਇਸ ਗੱਲ ਨੂੰ ਲੈ ਕੇ ਕੋਰਟ ਕਚਹਿਰੀਆਂ ਤੱਕ, ਫਿਰ ਇਹ ਜੁੜਦੇ ਜੁੜਦੇ ਮਸਲੇ ਆ ਜਿਹੜੇ ਬੰਬੇ ਹਾਈ ਕੋਰਟ, ਮਦਰਾਸ ਹਾਈ ਕੋਰਟ, ਫਿਰ ਮੱਧ ਪ੍ਰਦੇਸ਼ ਹਾਈ ਕੋਰਟ, ਇੱਥੋਂ ਤੱਕ ਪਹੁੰਚ ਗਏ ਸਨ। ਤਾਂ ਇਹ ਸੁਣਵਾਈਆਂ ਚੱਲਦੀਆਂ ਪਈਆਂ ਸੀਗੀਆਂ। ਇਹਦੇ ਵਿੱਚ ਹੋਇਆ ਕਿ ਜਾ ਕੇ ਕੇਂਦਰ ਨੇ ਆਪਣਾ ਪੱਖ ਰੱਖਿਆ। ਮੇਰੇ ਖਿਆਲ ਦੇ ਨਾਲ ਉਹ ਮਦਰਾਸ ਹਾਈ ਕੋਰਟ 'ਚ ਗਏ ਸਨ ਜਿਹੜੇ ਇਹਨਾਂ ਦੇ ਹੈਗੇ ਨੇ ਐਡਵੋਕੇਟ ਜਨਰਲ। ਇਹਨਾਂ ਨੇ ਜਾ ਕੇ ਕਿਹਾ ਸੀਗਾ ਕਿ ਜੇ ਇੱਦਾਂ ਕੀਤਾ ਜਾਵੇ ਤੇ ਇਹ ਰਾਸ਼ਟਰ ਦੇ ਹਿੱਤ ਆ, ਯਾਨੀ ਰਾਸ਼ਟਰ ਦੇ ਹਿੱਤਕਾਰੀ ਆ। ਕਿਉਂ? ਕਿਉਂਕਿ ਉੱਥੇ ਇਹ ਜਿਹੜੀਆਂ ਸੁਣਵਾਈਆਂ ਚੱਲਦੀਆਂ ਪਈਆਂ ਸੀ ਉਹਨਾਂ ਦੇ ਵਿੱਚ ਮੰਗ ਹੀ ਇਹੋ ਸੀਗੀ ਕਿ ਜਿੱਦਾਂ ਪੋਰਨੋਗ੍ਰਾਫੀ ਦੇਖੀ ਜਾਂਦੀ ਆ, ਕਿ ਜਿੱਦਾਂ ਭੜਕਾਊ ਭਾਸ਼ਣ ਦਿੱਤੇ ਜਾਂਦੇ ਆ ਜਾਂ ਭੜਕਾਊ ਸਮੱਗਰੀ ਅਪਲੋਡ ਕੀਤੀ ਜਾਂਦੀ ਆ, ਦੋ ਫਿਰਕਿਆਂ 'ਚ ਸਟ੍ਰੈਸ ਪੈਦਾ ਕੀਤੀ ਜਾਂਦੀ ਆ, ਇਹ ਸਾਰੀਆਂ ਚੀਜ਼ਾਂ ਮਾਣਹਾਨ ਕੀਤੀ ਜਾਂਦੀ, ਇਹ ਰੋਕਣ ਵਾਸਤੇ ਫੇਕ ਆਈਡੀਆਂ ਨਾ ਚੱਲਣ, ਕਿ ਇਸ ID ਵਾਲੇ ਪੰਗੇ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰ ਦੇਣਾ ਚਾਹੀਦਾ। ਤਾਂ ਹੁਣ ਫੇਸਬੁੱਕ ਭੱਜ ਕੇ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਸਰਕਾਰ ਦਾ ਰੁੱਖ ਤੇ ਸਾਫ ਹੀ ਆ। ਤਾਂ ਹੁਣ ਜਾ ਕੇ ਇਹਨਾਂ ਨੇ ਦੁਹਾਈ ਦਿੱਤੀ ਆ ਕਿ ਦੇਖੋ ਸਾਡੀ ਜਿਹੜੀ ਥਰਡ ਪਾਰਟੀ ਨੂੰ ਰਾਜਦਾਰੀ ਨਾ ਦੇਣ ਦੀ ਨੀਤੀ ਆ ਉਹ ਪ੍ਰਭਾਵਿਤ ਹੋ ਜੂਗੀ। ਕਿਉਂਕਿ ਸਿੱਧੀ ਜੀ ਗੱਲ ਹੈ ਨਾ, ਜੇ ਮੰਨ ਲਓ ਕੱਲ ਨੂੰ ਕੋਈ ਬੰਦਾ ਫੜਨਾ ਇਹਨਾਂ ਨੇ, ਤਾਂ ਇਹ ਕਿਹਦੇ ਤੋਂ ਡਾਟਾ ਲੈਣਗੇ? ਡਾਟਾ ਲੈਣਗੇ ਫੇਸਬੁੱਕ ਤੋਂ। ਤਾਂ ਫੇਸਬੁੱਕ ਲਈ ਸਰਕਾਰ ਜਾਂ ਏਜੰਸੀ ਕਿਹੜੀ ਹੋਗੀ? ਥਰਡ ਪਾਰਟੀ। ਮਤਲਬ ਕਿ ਪਹਿਲੀ ਪਾਰਟੀ ਤੁਸੀਂ, ਦੂਸਰੀ ਪਾਰਟੀ ਹੋ ਗਈ ਫੇਸਬੁੱਕ, ਜਾਂ ਪਹਿਲੀ ਪਾਰਟੀ ਫੇਸਬੁੱਕ, ਦੂਸਰੀ ਤੁਸੀਂ, ਤਾਂ ਤੀਸਰੀ ਪਾਰਟੀ ਕੌਣ ਹੋ ਗਈ ਜਿਹੜੇ ਤੁਹਾਡੇ ਡਾਟਾ ਲੈ ਰਹੇ ਆ? ਹਾਲਾਂਕਿ ਡਾਟਾ ਤੁਹਾਨੂੰ ਪਤਾ ਹੀ ਆ, ਡਾਟਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਗੋਲਡ ਆ, ਤਾਂ ਉਹ ਡਾਟਾ ਜਿਹੜਾ ਕਿਵੇਂ ਵੰਡੀਦਾ? ਸੋ ਇਸ ਕਰਕੇ ਫੇਸਬੁੱਕ ਆ ਜਿਹੜਾ ਬਚਦਾ ਬਚਾਉਂਦਾ ਹੁਣ ਉੱਥੇ ਚੱਲ ਗਿਆ। ਦੇਖੋ ਜੇ ਤੇ ਫੇਕ ID ਵਾਲੇ ਪੰਗੇ ਨੂੰ ਦੇਖੀਏ, ਫੰਡੇ ਨੂੰ ਦੇਖੀਏ, ਤੇ ਠੀਕ ਆ ਕਿ ਲੋਕ ਜਿਹੜੇ ਆ ਉਹ ਸਭ ਕੁਛ ਇਸੇ ਤਰ੍ਹਾਂ ਚਲਾਉਂਦੇ ਆ, ਟ੍ਰੋਲ ਕਰਦੇ ਆ, ਗਾਲਾਂ ਕੱਢਦੇ ਆ, ਭੜਕਾਊ ਸਮੱਗਰੀ ਅਪਲੋਡ ਕਰਦੇ ਆ, ਠੀਕ ਆ, ਕੁਛ ਹੱਦ ਤੱਕ ਠੀਕ ਆ ਕਿ ਨੱਥ ਪੈ ਜਾਊਗੀ। ਪਰ ਦੂਜੀ ਗੱਲ ਇਹ ਆ ਕਿ ਜਿੱਦਾਂ ਹੁਣ ਡਾਟਾ ਸ਼ੇਅਰਿੰਗ ਵਾਲਾ ਪੰਗਾ ਤੇ ਸਰਕਾਰ ਦੇ ਕੋਲ ਜਦੋਂ ਮੰਨ ਲਓ ਕੋਈ ਤਾਕਤ ਹੋ ਗਈ, ਇਹ ਤੇ ਫਿਰ ਇਸ ਮਸਲੇ ਨੂੰ ਸਿਆਸੀ ਤੌਰ ਤੇ ਵੀ ਵਰਤ ਸਕਦੇ ਆ। ਕਿਉਂਕਿ ਡਾਟਾ ਜਿਹੜਾ, ਜਿਵੇਂ ਮੈਂ ਤੁਹਾਨੂੰ ਕਿਹਾ, ਅੱਜ ਦੇ ਜ਼ਮਾਨੇ 'ਚ ਡਾਟਾ ਗੋਲਡ ਆ। ਸਾਡੇ ਪੰਜਾਬੀ ਪਤਾ ਕੀ ਹੈ ਜੇ ਉਹਨਾਂ ਨੂੰ ਪੁੱਛੀਏ?
ਕਿਆ ਫੇਸ ਐਪ ਨਾ ਵਰਤੋ ਯਾਰ, ਇਹ ਤੁਹਾਡਾ ਡਾਟਾ ਜਿਹੜਾ ਉਹ ਗਾਹ ਵੇਚ ਰਿਹਾ। ਕਹਿੰਦੇ ਸਾਡਾ ਸਾਡੇ ਡਾਟੇ ਚ ਕੀ ਆ, ਸਾਡੇ ਖਾਤਿਆਂ ਚ ਕੀ ਆ ਯਾਰ। ਡਾਟਾ ਬਹੁਤ ਬਹੁਤ ਜ਼ਰੂਰੀ ਆ, ਇਹਦਾ ਹਰੇਕ ਥਾਂ ਤੇ ਸ਼ੇਅਰ ਨਾ ਕਰੋ। ਔਰ ਜਦੋਂ ਤੁਹਾਡੇ ਤੋਂ ਪੁੱਛਿਆ ਜਾਂਦਾ ਕਿ ਕੀ ਅਸੀਂ ਇਹ ਡਾਟਾ ਤੁਹਾਡਾ ਅੱਗੇ ਸ਼ੇਅਰ ਕਰ ਸਕਦੇ, ਤਾਂ ਉਹਦੀ ਮਨਜ਼ੂਰੀ ਨਾ ਦਿਓ, ਪ੍ਰਵਾਨਗੀ ਨਾ ਦਿਓ। ਆ ਜਿਹੜੀਆਂ ਐਪਸ ਨੇ ਐਵੇਂ ਲੰਡੀ ਬੁੱਚੀ ਕਿ ਅਗਲੇ ਜਨਮ 'ਚ ਤੁਸੀਂ ਕੀ ਬਣੋਗੇ, ਖਰਗੋਸ਼ ਬਣੋਗੇ, ਕੀ ਬਣੋਗੇ, ਇਹੋ ਜਿਹੀਆਂ ਐਪਸ ਜਿਹੜੀਆਂ ਨਾ ਇਸਤੇਮਾਲ ਕਰੋ। ਸੋ ਫੇਸਬੁੱਕ ਦੇਖੋ ਜਿੱਦਾਂ ਸਰਕਾਰ ਚਾਹੁੰਦੀ ਆ, ਇਹ ਜੁੜ ਵੀ ਸਕਦੀ ਆ, ਕਿਉਂਕਿ ਜੇ ਫੇਸਬੁੱਕ ਦੇ ਲਈ ਕੋਈ ਕਾਨੂੰਨ ਲਿਆਉਂਦੀ ਆ, ਜਾਂ ਤੇ ਫੇਸਬੁੱਕ ਇਹ ਤੋਂ ਸੇਵਾਵਾਂ ਬੰਦ ਕਰੂਗੀ, ਜਾਂ ਇਹਨਾਂ ਦੀਆਂ ਫਿਰ ਸ਼ਰਤਾਂ ਮੰਨੂਗੀ, ਕਿ ਸਰਕਾਰ ਤੇ ਕਹਿ ਚੁੱਕੀ ਆ ਕਿ ਇਹ ਰਾਸ਼ਟਰ ਦੇ ਅਧਿਕਾਰੀ ਆ। ਪਰ ਜੇ ਏਦਾਂ ਹੋ ਗਿਆ ਤੇ ਫਿਰ ਬੁਰੀ ਹੋਊ ਉਹਨਾਂ ਲੋਕਾਂ ਨਾਲ ਜਿਹੜੇ ਤੁਹਾਨੂੰ ਪਤਾ ਫੇਕ ਆਈਡੀਆਂ ਦੇ ਨਾਲ ਮਨ ਪਰਚਾਈ ਜਾਂਦੇ ਆ। ਕੀ ਬੀਤੂ ਉਹਨਾਂ ਤੇ ਜਦੋਂ ਕੋਮਲ ਕਾਲੂ ਨਿਕਲਿਆ ਤੇ ਪ੍ਰੀਤੀ ਮੱਦੀ ਕਾ ਪੀਤੀ ਨਿਕਲ ਆਇਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵਿਧਾਨ ਸਭਾ ਦੇ ਵਿੱਚ ਪੋਰਨ ਵੀਡੀਓ ਵੇਖਦੇ ਫੜੇ ਗਏ ਦੋ ਵਿਧਾਇਕਾਂ ਨੂੰ, ਹੁਣ ਤਰੱਕੀ ਮਿਲ ਗਈ ਬਣਾ ਤੇ ਮੰਤਰੀ? ਅਰੇ ਉਹ ਬਚ ਗਏ ਸਦਨ ਵਾਲੇ, ਆ ਗਏ ਨੀਲੀਆਂ ਫਿਲਮਾਂ ਵਾਲੇ, ਹੁਣ ਇਹ ਨੀਲੀਆਂ ਫਿਲਮਾਂ ਵਾਲੇ ਜਿਹੜੇ ਸਦਨ ਚ ਪਹੁੰਚ ਚੁੱਕੇ ਆ। ਇਹ ਕਮਾਲ ਦੀ ਗੱਲ ਆ ਕਿ ਉਹ ਤੁਹਾਨੂੰ ਕਾਂਡ ਸਾਰਿਆਂ ਨੂੰ ਯਾਦ ਹੀ ਹੋਣਾ, ਨਾਲੇ ਆਪਣੇ ਪੰਜਾਬੀ ਤੇ ਖਾਸ ਤੌਰ ਤੇ ਨੀ ਭੁੱਲਦੇ ਇਹੋ ਜਿਹੇ ਕਾਂਡਾਂ ਨੂੰ। 2012 ਦੇ ਵਿੱਚ ਫੜੇ ਗਏ ਸੀਗੇ ਜਦੋਂ ਤਿੰਨ ਵਿਧਾਇਕ ਉੱਥੇ ਸਦਨ ਦੇ ਵਿੱਚ, ਇੱਕ ਦਾ ਨਾਮ ਸ਼ਾਇਦ ਸਵਾਦੀ ਸੀ, ਇੱਕ ਸੀਸੀ ਪਾਟਿਲ ਸੀਗਾ, ਦੂਸਰਾ ਤੀਸਰਾ ਇਹਨਾਂ ਚੋਂ ਕ੍ਰਿਸ਼ਨ ਪਾਲਿਮ ਸੀਗਾ, ਇਹ ਅਸ਼ਲੀਲ ਵੀਡੀਓ ਦੇਖ ਰਹੇ ਸੀਗੇ ਤੇ ਉਹਨਾਂ ਦੀ ਆਪਣੀ ਵੀਡੀਓ ਬਣ ਗਈ। ਫਿਰ ਬਾਅਦ ਦੇ ਵਿੱਚ ਉਹ ਇੱਕ ਬਹੁਤ ਵੱਡਾ ਬਵਾਲ ਹੋਇਆ, ਉਸ ਸਮੇਂ ਵੀ ਸਰਕਾਰ ਇਹਨਾਂ ਦੀ ਚੱਲਦੀ ਪਈ ਸੀਗੀ। ਨਮੋਸ਼ੀ ਤੋਂ ਬਾਅਦ ਫਿਰ ਇੱਥੋਂ ਤੱਕ ਮੰਗ ਉੱਠੀ ਸੀਗੀ ਕਿ ਇਹਨਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ, ਤਾਂ ਬਹੁਤ ਜ਼ਿਆਦਾ ਨਮੋਸ਼ੀ ਹੋਈ ਸੀ ਉਦੋਂ ਸਦਨ ਦੀ। ਤਾਂ ਹੁਣ ਜਿਹੜੇ ਯਦੀਯੁਰੱਪਾ ਮਸੀ ਮਸੀ ਮੁੱਖ ਮੰਤਰੀ ਬਣੇ ਆ, ਤਾਂ ਉਹਨਾਂ ਨੇ ਤਿੰਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ। ਸੋ ਇਹ ਹੈਰਾਨਗੀ ਵਾਲੀ ਗੱਲ ਆ ਕਿ ਜਿਹੜੇ ਲੋਕਾਂ ਤੇ ਇਹੋ ਜਿਹਾ ਦਾਗ ਲੱਗਿਆ, ਪਹਿਲੀ ਗੱਲ ਤੇ ਉਹ ਜਿੱਤ ਕੇ ਫੇਰ ਦੁਬਾਰਾ ਸਦਨ 'ਚ ਪਹੁੰਚੇ ਆ, ਤੇ ਦੂਜੀ ਹੈਰਾਨਗੀ ਇਹ ਆ ਕਿ ਉਹਨਾਂ ਨੂੰ ਨਾਲ ਦੀ ਨਾਲ ਕੈਬਨਿਟ ਦੇ ਵਿੱਚ ਦਰਜਾ ਵੀ ਦੇ ਦਿੱਤਾ ਗਿਆ। ਖੈਰ ਇਹਦੇ ਤੋਂ ਮੇਰੇ ਖਿਆਲ ਦੇ ਨਾਲ ਅਕਾਲੀਆਂ ਨੂੰ ਥੋੜਾ ਜਿਹਾ ਚਿੰਤਤ ਹੋਣਾ ਚਾਹੀਦਾ ਕਿ ਇਹਨਾਂ ਦੇ ਤੇ ਅੱਗੇ ਬੰਦੇ ਜਿਹੜੇ ਉਹ ਇਹੋ ਜਿਹੇ ਮਾਮਲੇ 'ਚ ਫਸੇ ਆ, ਕਿਤੇ ਹੋਰ ਨਾ ਪੁੱਠ ਲਵਾ ਲੈਣ ਕਿ ਇਹੋ ਜਿਹੇ ਕੰਮ ਦੇ ਵਿੱਚ ਮੁੜ ਕੇ ਤਰੱਕੀ ਵਾਹਵਾ ਮਿਲ ਜਾਂਦੀ ਆ, ਤੋਂ ਬਚਣਾ ਚਾਹੀਦਾ। ਪਰ ਇਹ ਦੇਖ ਲਓ ਇੰਡੀਆ ਦੀ ਪੋਲਿਟਿਕਸ ਦਾ ਚਿਹਰਾ ਵੇਖ ਲਓ ਕਿ ਕਿਸ ਤਰ੍ਹਾਂ ਦਾ ਆ, ਕਿ ਇਸ ਵੇਲੇ ਜਿਹੜੇ ਇਸ ਤਰ੍ਹਾਂ ਦੇ ਦਾਗਦਾਰ ਲੋਕ ਆ, ਉਹ ਨਾ ਸਿਰਫ ਜਿੱਤ ਰਹੇ ਨੇ ਬਲਕਿ ਮੰਤਰੀ ਪਦ ਤੱਕ ਵੀ ਹਾਸਲ ਕਰਦੇ ਪਏ ਆ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਘਰ ਵਾਲੀ ਦਾ ਪਾਸਪੋਰਟ ਬਣਵਾਉਣ ਗਿਆ ਥਾਣੇਦਾਰ, ਚਾਹ ਦੇ ਖੋਖੇ ਤੇ ਭੁੱਲਿਆ ਸੀ ਪਿਸਤੌਲ ਤੇ ਅਦਾਲਤ ਨੇ ਕਿਹਾ ਚੱਲ ਜੇਲ੍ਹ। ਹਾਂ ਹੁਣ ਨਹੀਂ ਭੁੱਲਦਾ, ਫਿਰ ਹੁਣ ਵੱਡਿਆਂ ਨੂੰ ਕਹਿੰਦਾ ਹੋਊਗਾ ਕਿ ਤੁਸੀਂ ਤੇ ਨੀ ਕਦੇ ਭੁੱਲੇ, ਤੇ ਗਾਂ ਛੋਟਿਆਂ ਨੂੰ ਵੀ ਕਹੂਗਾ ਕਿ ਨਾ ਭੁੱਲਿਓ ਭਾਈ, ਇਹ ਭੁੱਲ ਨਾ ਕਰ ਬੈਠੋ, ਮੈਂ ਭੁੱਲ ਕਰ ਬੈਠਾ, ਤੁਸੀਂ ਨਾ ਭੁੱਲ ਕਰ ਬੈਠੋ। ਦਰਅਸਲ ਜਿਹੜਾ ਇਹ ਥਾਣੇਦਾਰ ਸੀਗਾ ਬਠਿੰਡੇ ਦਾ ਸੀਗਾ, ਤੇ ਇਹਦੇ ਲਈ ਬਠਿੰਡਾ ਹੁਣ ਵੀਕਾਨੇਰ ਹੋ ਗਿਆ ਗਿਆ ਸੀਗਾ ਚੰਡੀਗੜ੍ਹ ਮੁਹਾਲੀ ਆਪਣੇ ਘਰ ਵਾਲੀ ਦੇ ਪਾਸਪੋਰਟ ਵਾਸਤੇ, ਤੇ ਦੱਸਦੇ ਆ ਕਿ ਉੱਥੇ ਇਹਨੇ ਜਾ ਕੇ ਮਾਮਲਾ ਦਰਜ ਕਰਵਾਇਆ ਚੰਡੀਗੜ੍ਹ ਦੇ ਥਾਣੇ ਦੇ ਵਿੱਚ, ਕਹਿੰਦਾ ਕਿ ਜੀ ਮੇਰਾ ਕਿਤੇ ਬੈਗ ਰਹਿ ਗਿਆ ਵਾ ਤੇ ਉਹਦੇ ਵਿੱਚ ਪਿਸਤੌਲ ਵੀ ਆ, ਤੇ ਉਹ ਤੇ ਕੋਈ ਅਣਪਛਾਤਾ ਚੋਰ ਲੈ ਗਿਆ, ਤੇ ਉਹਨਾਂ ਨੇ ਮਾਮਲਾ ਦਰਜ ਕਰਕੇ ਤੇ ਫਿਰ ਸ਼ੁਰੂ ਕਰ ਦਿੱਤੀ, ਕਿਉਂਕਿ ਮਾਮਲਾ ਜਿਹੜਾ ਸੀ ਉਹ ਪੁਲਿਸ ਦੇ ਨਾਲ ਜੁੜਿਆ, ਤਾਂ ਪੜਤਾਲ ਤੇ ਸ਼ੁਰੂ ਹੋਣੀ ਸੀਗੀ, ਤਾਂ ਪੜਤਾਲ ਸ਼ੁਰੂ ਹੋ ਗਈ। ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਇਹਦੇ ਘਰ ਤੇ ਛਾਪਾ ਜਦੋਂ ਪਿਆ ਤੇ ਇਹਦੇ ਘਰ ਦੇ ਵਿੱਚੋਂ ਵੀ ਉਹ ਪਿਸਤੌਲ ਨਿਕਲ ਆਇਆ। ਹੁਣ ਪਤਾ ਨੀ ਕੀ ਫੰਡਾ, ਜਾਂ ਤੇ ਇਹ ਆ ਕਹਿੰਦਾ ਹੋਊਗਾ ਕਿ ਮੈਂ ਲਾਇਸੈਂਸ ਜਿਹਾ ਕਾਹਤੋਂ ਬਣਾਵਾਂਗੇ, ਰਿਟਾਇਰਮੈਂਟ ਤੋਂ ਬਾਅਦ ਆਹੀ ਰੱਖ ਲੈਂਦੇ ਹਾਂ, ਸਰਕਾਰ ਕੋਲ ਕਿਹੜਾ ਥੋੜੇ ਆ, ਇਹਨਾਂ ਤੇ ਗੈਂਗਸਟਰਾਂ ਕੋਲ ਹੋਰ ਫੜ ਲੈਂਦੇ ਹਾਂ, ਤੇ ਆਪਾਂ ਇਹੀ ਰੱਖ ਲੈਂਦੇ ਹਾਂ, ਕਹਿ ਦਿੰਦੇ ਹਾਂ ਕਿ ਚੋਰੀ ਹੋ ਗਿਆ, ਤੇ ਜਾਂ ਫਿਰ ਸਿਆਪਾ ਇਹ ਪੈ ਗਿਆ ਕਿ ਇਹ ਕਿਤੇ ਭੁੱਲ ਭੁਲਾ ਗਿਆ, ਕਿਉਂਕਿ ਵਿਆਹੇ ਬੰਦੇ ਦੀ ਤੁਹਾਨੂੰ ਪਤਾ ਹੀ ਆ ਕਈ ਵਾਰ ਮੱਤ ਵੀ ਜਿਹੜੀ ਆ ਨਾ ਉਹ ਗੱਚਾ ਖਾ ਜਾਂਦੀ ਆ, ਭੁੱਲ ਭੁਲਾ ਗਿਆ, ਤੇ ਉੱਥੇ ਜਾ ਕੇ ਕਿਤੇ ਆ ਗਿਆ ਹੋਣਾ ਚੇਤਾ ਕਿ ਯਾਰ ਮੈਂ ਤਾਂ ਮਾਰਿਆ ਗਿਆ, ਮੇਰਾ ਤਾਂ ਪਿਸਤੌਲ ਕਿਤੇ ਡਿੱਗ ਪਿਆ, ਤੇ ਉੱਥੇ ਪਰਚਾ ਦਰਜ ਕਰਾਤਾ ਕਿ ਕਿਤੇ ਮੈਂ ਬਚ ਜਾਵਾਂ, ਪਰ ਬਾਅਦ ਦੇ ਵਿੱਚ ਉਹ ਘਰੋਂ ਹੀ ਨਿਕਲ ਆਇਆ, ਤੇ ਉਹ ਨਾ ਨਾ ਸੁੱਟਣ ਜੋਗਾ ਤੇ ਨਾ ਹੁਣ ਦੱਸਣ ਜੋਗਾ, ਫਸ ਗਿਆ ਕਸੂਤਾ, ਫਸ ਗਿਆ ਕਸੂਤਾ। ਇੱਕ ਵਾਰੀ ਇੱਕ ਐਸ ਪੀ ਨੇ ਗੱਲ ਸੁਣਾਈ ਸੀ, ਕਹਿੰਦਾ ਕਿ ਖੜਕੂਵਾ ਦੇ ਦੌਰ ਦੇ ਵਿੱਚ ਇੱਕ ਥਾਣੇਦਾਰ ਕੋਲੋਂ ਚਪੇੜਾ ਮਾਰ ਕੇ ਤੇ ਪਿਸਤੌਲ ਕੋਈ ਖੋ ਕੇ ਲੈ ਗਿਆ, ਉਹਨੇ ਕੀ ਕੀਤਾ, ਉਹਨੇ ਸਸਪੈਂਸ਼ਨ ਤੋਂ ਬਚਣ ਵਾਸਤੇ ਉਹ ਮੁੱਠਾ ਜਿਹਾ ਨਹੀਂ ਹੁੰਦਾ ਜਿਹੜਾ ਬਾਹਰ ਇਹਨਾਂ ਨੇ ਲਮਕਾਇਆ ਹੁੰਦਾ, ਉੱਤੇ ਚਲੋ ਰਿਵਾਲਵਰ ਉਦਾਂ ਦੇ ਆ ਗਏ, ਉਹ ਕਹਿੰਦੇ ਉਹਨੇ ਤਰਖਾਣ ਤੋਂ ਮੁੱਠਾ ਜਿਹਾ ਬਣਾ ਕੇ ਉਹਨੂੰ ਰੰਗ ਕਰਾ ਕੇ ਤੇ ਰੂੰ ਵਿੱਚ ਪਾ ਕੇ ਤੇ ਉਹ ਟੰਗ ਲਿਆ, ਤੇ ਹੁਣ ਪਿਸਤੌਲ ਪਿਸਤੌਲ ਵਰਗਾ ਪਿਸਤੌਲ ਕਵਰ ਜਿਹਾ ਪਾ ਕੇ, ਤੇ ਹੁਣ ਵੀ ਸ਼ਾਮਤ ਨੂੰ ਹੋਇਆ ਕਿ ਜਿਹੜੇ ਬੰਦੇ ਨੇ ਇਹਦਾ ਪਿਸਤੌਲ ਖੋਇਆ ਸੀ ਉਹ ਕਿਤੇ ਫੜਿਆ ਗਿਆ 6 ਮਹੀਨਿਆਂ ਬਾਅਦ, ਤੇ ਉਹਨੇ ਦੱਸਤਾ ਕਿ ਤੁਹਾਡੇ ਥਾਣੇਦਾਰ ਚਪੇੜਾ ਮਾਰ ਕੇ ਪਿਸਤੌਲ ਖੋਇਆ।
ਉਹਨੂੰ ਜਦੋਂ ਸੱਦਿਆ ਉਹ ਜਿਹੜਾ SSP ਸੀ ਉਹਨੇ ਕਿਹਾ ਤੇਰਾ ਪਿਸਤੌਲ ਕਿੱਥੇ? ਆ ਪਿਆ ਜੀ ਸਰਦਾਰ ਜੀ ਆ ਪਿਆ। ਉਹਨੇ ਕਿਹਾ ਮੈਂ ਚਪੇੜਾਂ ਮਾਰਨੀ ਆ ਤੇਰੇ, ਪਿਸਤੌਲ ਕਿੱਥੇ ਦੱਸ? ਤੇ ਮੁੜ ਕੇ ਉਹ ਡੁੱਚ ਜਾ ਕੱਢ ਕੇ ਤੇ ਮੇਜ਼ ਤੇ ਰੱਖ ਦਿੱਤਾ, ਕਹਿੰਦਾ ਜੀ ਪਿਸਤੌਲ ਤੇ ਖੋਹ ਕੇ ਲੈ ਗਿਆ। ਸੋ ਐਸਾ ਕਈ ਵਾਰ ਹੋ ਜਾਂਦਾ, ਡਰਾਮਾ ਕਰਨਾ ਪੈ ਜਾਂਦਾ। ਤਾਂ ਇਹ ਹੁਣ ਡਰਾਮਾ ਜਾਂ ਵਾਕਿਆ ਕੋਈ ਐਸਾ ਵਾਪਰਿਆ ਪਾਣਾ, ਇਹ ਜੋ ਮਰਜ਼ੀ ਆ, ਪਰ ਇੱਕ ਵਾਰੀ ਇਹ ਥਾਣੇਦਾਰ ਜਿਹੜਾ ਕਸੂਤਾ ਫਸ ਗਿਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੱਚੇ ਦੀ ਕਸਟਡੀ ਦੇ ਲਈ ਹੁਣ ਮਾਮਾ ਪਹੁੰਚਿਆ ਹਾਈਕੋਰਟ। ਦੇਖੋ ਮਾਮਲਾ 2020 ਰੈਫਰੈਂਡਮ ਦੇ ਨਾਲ ਜੁੜਿਆ, ਜਿਹਦੇ ਵਿੱਚ ਤੁਹਾਨੂੰ ਪਤਾ ਕੁਛ ਮਾਮਲੇ ਜਿਹੜੇ ਉਹ ਦਰਜ ਹੋਏ ਸਨ। ਤਾਂ ਉਦੋਂ ਇੱਕ ਔਰਤ ਨੂੰ ਜਿਹੜੀ ਮਲੇਸ਼ੀਆ ਦੇ ਵਿੱਚ ਰਹਿੰਦੀ ਸੀਗੀ, ਉਹਨੂੰ ਵੀ ਨਾਮਜ਼ਦ ਕੀਤਾ, ਸ਼ਾਇਦ ਫੰਡਿੰਗ ਦਾ ਇਹਨਾਂ ਦਾ ਰੌਲਾ ਸੀਗਾ ਕਿ ਇਹਨੇ ਫੰਡਿੰਗ ਕੀਤੀ ਹੋਈ ਆ। ਤਾਂ ਕੁਲਵੀਰ ਕੌਰ ਨਾਂ ਦੀ ਕੁੜੀ ਸੀਗੀ, ਸ਼ਾਇਦ ਔਰਤ ਸੀਗੀ, ਜਿਹਨੇ ਇਹ ਫੰਡਿੰਗ ਕੀਤੀ ਕਥਿਤ ਤੌਰ ਤੇ, ਜਿਹਦੇ ਤੇ ਦੋਸ਼ ਲੱਗਾ, ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਮਲੇਸ਼ੀਆ ਤੋਂ। ਉਸ ਤੋਂ ਬਾਅਦ ਜਦੋਂ ਉਹ ਇੰਡੀਆ ਉਤਰੀ, ਉਹਨੂੰ ਗ੍ਰਿਫਤਾਰ ਕਰ ਲਿਆ। ਉਹਦੇ ਨਾਲ ਉਹਦਾ ਇੱਕ ਪੁੱਤਰ ਸੀਗਾ 8 ਕੁ ਸਾਲਾਂ ਦਾ। ਤਾਂ ਹੋਇਆ ਕੀ ਆ ਕਿ ਉਹਨੂੰ ਕਸਟਡੀ ਦੇ ਵਿੱਚ ਘੱਲ ਦਿੱਤਾ ਗਿਆ। ਹੁਣ ਇਹ ਵੀ ਇੱਕ ਪੰਗਾ ਇੰਡੀਅਨ ਕਾਨੂੰਨ ਦੇ ਵਿੱਚ ਕਿ ਕਸਟਡੀ ਚ ਬੱਚਾ ਭੇਜ ਦਿੱਤਾ ਜਾਂਦਾ। ਤੇ ਦੱਸਦੇ ਆ ਕਿ ਜਿਹੜੀ ਮਾਂ ਸੀਗੀ ਉਹ ਚਾਹੁੰਦੀ ਸੀਗੀ ਕਿ ਮੇਰੇ ਬੱਚੇ ਦੀ ਕਸਟਡੀ ਆ ਜਿਹੜੀ ਉਹ ਮੇਰੇ ਭਰਾ ਨੂੰ ਦੇ ਦਿੱਤੀ ਜਾਵੇ। ਤੇ ਉਹਦਾ ਪਤੀ ਵੀ ਇਸ ਗੱਲ ਤੇ ਸਹਿਮਤ ਸੀਗਾ ਕਿ ਭਾਈ ਜਿਹੜੀ ਬੱਚੇ ਦੀ ਕਸਟਡੀ ਆ ਉਹਦੇ ਮਾਮੇ ਨੂੰ ਦੇ ਦਿੱਤੀ ਜਾਣੀ ਚਾਹੀਦੀ ਆ। ਤਾਂ ਰੌਲਾ ਇਹ ਪਿਆ ਕਿ ਜਿਹੜੀਆਂ ਅਥਾਰਟੀਜ਼ ਨੇ, ਉਹਨਾਂ ਨੇ ਬਾਲ ਗ੍ਰਹਿ ਦੇ ਵਿੱਚ ਉਹਨੂੰ ਸ਼ਾਇਦ ਰੱਖਿਆ ਹੋਇਆ ਬੱਚੇ ਨੂੰ, ਉਹ ਗੱਲ ਹੀ ਨਹੀਂ ਸੀ ਸੁਣ ਰਹੀਆਂ। ਤੇ ਹੁਣ ਜਿਹੜਾ ਮਾਮਾ ਆ ਉਸ ਬੱਚੇ ਦਾ, ਜਵਾਕ ਦਾ, ਉਹ ਗਿਆ ਹਾਈਕੋਰਟ ਦੇ ਵਿੱਚ ਤੇ ਉਹਨੇ ਆਖਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ, ਕਿਰਪਾ ਕਰਕੇ ਬੱਚੇ ਦੀ ਕਸਟਡੀ ਜਿਹੜੀ ਉਹਦੇ ਭਵਿੱਖ ਨੂੰ ਦੇਖਦਿਆਂ ਸਾਨੂੰ ਦਿੱਤੀ ਜਾਣੀ ਚਾਹੀਦੀ ਆ। ਤਾਂ ਹਾਈਕੋਰਟ ਨੇ ਮੇਰੇ ਖਿਆਲ ਦੇ ਨਾਲ 27 ਅਗਸਤ ਤੱਕ ਜਵਾਬ ਮੰਗਿਆ। ਤੇ ਬਿਲਕੁਲ ਮੈਨੂੰ ਲੱਗਦਾ ਕਿ ਬਿਨਾਂ ਦੇਰ ਕੀਤਿਆਂ ਕਸਟਡੀ ਜਿਹੜੀ ਆ ਬੱਚੇ ਦੀ ਦੇਣੀ ਚਾਹੀਦੀ ਆ। ਦੇਖੋ ਦੋਸ਼ ਕਿਸੇ ਤੇ ਲੱਗੇ ਆ, ਉਹ ਅਦਾਲਤ ਦੇ ਵਿੱਚ ਸਾਬਤ ਹੋਣ ਜਾਂ ਡਿੱਗਣ, ਉਹ ਵੱਖਰੀ ਗੱਲ, ਵੱਖਰੀ ਸਟੋਰੀ ਆ। ਉਹ ਪਤਾ ਨੀ ਕਿੰਨਾ ਕੁ ਸਮਾਂ ਲੱਗੂਗਾ ਉਹ ਜਦੋਂ ਟ੍ਰਾਇਲ ਚੱਲੂਗਾ। ਤਾਂ ਘੱਟੋ ਘੱਟ ਬੱਚੇ ਦਾ ਭਵਿੱਖ ਤੇ ਵੇਖਣਾ ਚਾਹੀਦਾ। ਤਾਂ ਉਸ ਬੱਚੇ ਦੇ ਭਵਿੱਖ ਨੂੰ ਵੇਖਦਿਆਂ ਅਦਾਲਤ ਨੂੰ ਜਲਦੀ ਤੋਂ ਜਲਦੀ ਫੈਸਲਾ ਕਰਨਾ ਚਾਹੀਦਾ, ਕਿਉਂਕਿ ਬੱਚਾ ਜਿਹੜਾ ਮਲੇਸ਼ੀਆ ਦੇ ਵਿੱਚ ਜੰਮਿਆ ਪਲਿਆ, ਉੱਥੇ ਪੜ੍ਹਿਆ ਲਿਖਿਆ ਹੋਊਗਾ, ਉਹਦੇ ਲਈ ਬਾਲ ਗ੍ਰਹਿ ਦੇ ਵਿੱਚ ਰਹਿਣਾ ਜਾਂ ਜੇਲ੍ਹ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਆ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਚੰਡੀਗੜ੍ਹ ਤੇ ਪੰਜਾਬ ਨੇ ਹਾਈਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਹੈ। ਹਾਂਜੀ, ਇੱਕ ਵੱਡੀ ਖਬਰ ਇਹ ਆਉਣ ਰਹੀ ਆ ਕਿ ਚਿਦੰਬਰਮ ਦੇ ਕੋਲ ਪਹੁੰਚ ਗਈ ਆ CBI ਜੀ। ਉਹਦੇ ਘਰ ਦੇ ਬਾਹਰ ਕਾਫੀ ਜ਼ਬਰਦਸਤ ਹੰਗਾਮਾ ਹੋਣ ਡਿਆ ਤੇ ਦੱਸਦੇ ਆ ਕਿ ਉਹਨੂੰ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ। CBI ਦੇ 3 ਅਧਿਕਾਰੀ ਆ ਜਿਹੜੇ ਉਹ ਕੰਧ ਟੱਪ ਕੇ ਲੰਘੇ ਆ। ਸੋ ਕਾਫੀ ਹੰਗਾਮਾ ਹੋ ਰਿਹਾ, ਇਹ ਤਾਜ਼ਾ ਜਿਹੜੀਆਂ ਤਸਵੀਰਾਂ ਜਿਹੜੀਆਂ ਚੈਨਲਾਂ ਤੇ ਆ ਰਹੀਆਂ। ਸੋ ਮੈਨੂੰ ਲੱਗਦਾ ਕਿ ਪੀ ਚਿਦੰਬਰਮ ਦੀਆਂ ਮੁਸ਼ਕਿਲਾਂ ਫਿਰ ਵੱਧ ਗਈਆਂ। ਜਿਵੇਂ ਮੈਂ ਕਿਹਾ ਸੀਗਾ ਕਿ ਸ਼ੁੱਕਰਵਾਰ ਤੋਂ ਪਹਿਲਾਂ ਜੇ ਅੜਕੇ ਆ ਜਾਂਦੇ ਆ ਤੇ ਇੱਕ ਵਾਰੀ ਭਾਈ ਸਿਆਸੀ ਤੌਰ ਤੇ ਜਲੂਸ ਤੇ ਜ਼ਰੂਰ ਕੱਢਣਗੇ। ਸੋ ਹੁਣ ਲੱਗਦਾ ਇਹੋ ਆ ਕਿ ਪੀ ਚਿਦੰਬਰਮ ਜਿਹੜਾ ਉਹ ਕਸੂਤਾ ਫਸ ਗਿਆ। ਦੇਖੋ ਅੱਗੇ ਕੀ ਬਣਦਾ। ਖੈਰ ਤੁਸੀਂ ਸਵਾਲ ਥੋੜਾ ਜਿਹਾ ਰਿਪੀਟ ਕਰ ਦਿਓ, ਮੇਰਾ ਖਿਆਲ ਉੱਧਰ ਚੱਲ ਗਿਆ। ਜੀ ਜੀ ਜੀ, ਚੰਡੀਗੜ੍ਹ ਤੇ ਕਹਿੰਦੇ ਪੰਜਾਬ ਨੇ ਹਾਈਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ। ਦੇਖੋ ਚੰਡੀਗੜ੍ਹ ਦਾ ਕੀ ਮਸਲਾ ਵਾ? ਵੈਸੇ ਤੇ ਮਸਲਿਆਂ ਚੋਂ ਮਸਲਾ ਚੰਡੀਗੜ੍ਹ ਦਾ ਹੀ ਹੈ ਨਾ, ਮਸਲਿਆਂ ਚੋਂ ਮਸਲਾ ਚੰਡੀਗੜ੍ਹ ਦਾ ਹੀ ਆ। ਪਰ ਹੁਣ ਮਸਲਾ ਕੀ ਸੀਗਾ ਕਿ ਇੱਕ ਜੁਡੀਸ਼ੀਅਲ ਆਫਿਸਰ ਨੇ ਇੱਕ ਪਟੀਸ਼ਨ ਪਾਈ ਸੀਗੀ ਹਾਈਕੋਰਟ ਦੇ ਵਿੱਚ ਕਿ ਸਾਨੂੰ ਇੱਥੇ ਜੁਡੀਸ਼ਰੀ ਦੇ ਵਿੱਚ, ਯਾਨੀ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਕੋਟਾ ਨਹੀਂ ਮਿਲਦਾ, ਰਿਜ਼ਰਵੇਸ਼ਨ ਨਹੀਂ ਮਿਲਦੀ, ਕਿਉਂਕਿ ਇਹਨਾਂ ਦੇ ਕੋਟੇ ਨਿਸ਼ਚਿਤ ਆ। ਪੰਜਾਬ ਅਤੇ ਹਰਿਆਣਾ ਦੇ ਇਹਨਾਂ ਦੀ ਸਾਂਝੀ ਚੰਡੀਗੜ੍ਹ ਰਾਜਧਾਨੀ ਆ, ਤੇ ਉਹ ਆਪਣਾ ਕੋਟਾ ਰੱਖੀ ਬੈਠੇ ਆ, ਇਹ ਆਪਣਾ ਕੋਟਾ ਰੱਖੀ ਬੈਠੇ ਆ, ਤੇ ਸਾਡਾ ਕੋਟਾ ਜਿਹੜਾ ਉਹ ਮਾਰਿਆ ਜਾ ਰਿਹਾ। ਤਾਂ ਫਿਰ ਹਾਈਕੋਰਟ ਨੇ ਪੁੱਛਿਆ ਕਿ ਪਹਿਲਾਂ ਤੇ ਸਾਨੂੰ ਇਹ ਦੱਸੋ ਕਿ ਇਹ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਕਿੱਦਾਂ, ਤਾਂ ਦੋਵੇਂ ਸੂਬਿਆਂ ਦੀ ਰਾਜਧਾਨੀ ਕਿੱਦਾਂ? ਤਾਂ ਪੰਜਾਬ ਸਰਕਾਰ ਨੇ ਜਾ ਕੇ ਉੱਥੇ ਆਪਣਾ ਪੱਖ ਜਿਹੜਾ ਵਾ ਉਹ ਰੱਖ ਦਿੱਤਾ। ਇਹਨਾਂ ਨੇ ਦੱਸਿਆ ਵਾ ਕਿ ਦੇਖੋ ਜੀ 1952 ਦੇ ਵਿੱਚ ਜਦੋਂ ਚੰਡੀਗੜ੍ਹ ਨੂੰ ਰਾਜਧਾਨੀ ਐਲਾਨਿਆ ਗਿਆ ਸੀਗਾ, ਔਰ ਉਸ ਤੋਂ ਬਾਅਦ 1966 ਨੂੰ ਜਦੋਂ ਪੰਜਾਬ ਰੀਓਰਗਨਾਈਜੇਸ਼ਨ ਐਕਟ ਆਇਆ, ਉਸ ਤੋਂ ਬਾਅਦ ਬੇਸ਼ੱਕ UP ਦਾ ਦਰਜਾ ਦੇ ਦਿੱਤਾ ਗਿਆ ਚੰਡੀਗੜ੍ਹ ਨੂੰ, ਪਰ ਇਹਦੇ ਬਾਵਜੂਦ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਹੋਣ ਦਾ ਦਰਜਾ ਕਾਇਮ ਆ। ਤਾਂ ਇਹ ਪੰਜਾਬ ਸਰਕਾਰ ਨੇ ਜਾ ਕੇ ਖੁਦ ਆਪਣੇ ਜੋ ਉਹਨਾਂ ਨੇ ਕਾਗਜ਼ਾਤ ਦਾਖਲ ਕੀਤੇ ਆ ਉਹਨਾਂ ਦੇ ਵਿੱਚ ਇਹ ਜਵਾਬ ਦਾਵਾ ਪੇਸ਼ ਕੀਤਾ ਵਾ ਕਿ ਚੰਡੀਗੜ੍ਹ ਨੂੰ ਅੱਜ ਵੀ ਪੰਜਾਬ ਦੀ ਰਾਜਧਾਨੀ ਮੰਨਿਆ ਜਾਂਦਾ, ਕਾਗਜ਼ਾਂ ਦੇ ਵਿੱਚ ਉਹਦਾ ਦਰਜਾ ਅੱਜ ਵੀ ਕਾਇਮ ਆ। ਤਾਂ ਹੁਣ ਇੰਤਜ਼ਾਰ ਕਰਨਾ ਪਊਗਾ ਹਰਿਆਣੇ ਦਾ ਕਿ ਕੀ ਉਹ ਵੀ ਡਾਕੂਮੈਂਟ ਕੱਢ ਕੇ ਲਿਆਉਂਦੇ ਇਸ ਤਰ੍ਹਾਂ। ਸੋ ਇਹ ਤੇ ਆਪਾਂ ਨੂੰ ਪਤਾ ਹੀ ਆ ਚੰਡੀਗੜ੍ਹ ਕਿਹਦਾ ਹੈ, ਤੇ ਹਾਈਕੋਰਟ ਨੇ ਸ਼ਾਇਦ ਓਫੀਸ਼ੀਅਲੀ ਪੁੱਛਿਆ ਹੋਊਗਾ ਅਧਿਕਾਰਤ ਤੌਰ ਤੇ ਕਿ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਰਿਕਾਰਡ ਤੇ ਲਿਆਓ।
ਤਾਂ ਹਰਿਆਣਾ ਹੁਣ ਕਿੱਦਾਂ ਜਾ ਕੇ ਉੱਥੇ ਰਿਸਪੋਂਡ ਕਰਦਾ, ਇਹ ਦੇਖਣਾ ਪਊਗਾ। ਸੋ ਬੜੀ ਦਿਲਚਸਪ ਸੁਣਵਾਈ ਚੱਲਦੀ ਪਈ ਆ, ਤੇ ਇਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਵਾਲਾ ਮਸਲਾ ਜਿਹੜਾ ਉਹ ਕਾਨੂੰਨੀ ਤੌਰ ਤੇ ਹੋਰ ਵੀ ਉੱਭਰ ਸਕਦਾ ਜਾਂ ਨਿਖਰ ਸਕਦਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਹੀ ਕਿਰਾਇਆ ਵਧਾਤਾ। ਹਾਂ, ਲੋਕੀ ਹੜਾਂ ਦੇ ਵਿੱਚ ਡੁੱਬੇ ਪਏ, ਇਹਨਾਂ ਨੂੰ ਪਤਾ ਕਿ ਸਾਨੂੰ ਕਿੰਨੇ ਪੁੱਛਣਾ, ਵੈਸੇ ਵੀ ਉਹ ਜ਼ਮਾਨੇ ਚਲੇ ਗਏ ਆ ਜਦੋਂ ਮਾੜਾ ਜਿਹਾ ਕਿਤੇ ਦਵਾਨੀ ਚਵਾਨੀ ਕਿਰਾਇਆ ਵੱਧਦਾ ਸੀਗਾ ਤੇ ਲੋਕ ਗੱਡੇ ਲਾ ਦਿੰਦੇ ਹੁੰਦੇ ਸੜਕਾਂ ਦੇ ਅੱਗੇ, ਬੱਸਾਂ ਬੰਦ ਹੈ ਬਾਈ, ਚੱਕਾ ਜਾਮ ਆ। ਤਾਂ ਹੁਣ ਤੇ ਲੋਕ ਕੁਸਕਦੇ ਹੀ ਨਹੀਂ ਆ, ਲੋਕਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਟੈਨਸ਼ਨ ਆਪਣੀਆਂ ਹੀ ਬਹੁਤ ਆ। ਅਗਲਾ ਕਹਿੰਦਾ ਕਿ ਛੱਡੋ, ਕਿੱਥੇ ਵਿਰੋਧ ਕਰਾਂਗੇ, ਕਿੱਥੇ ਸਰਕਾਰਾਂ ਦੀਆਂ ਡਾਂਗਾ ਖਾਵਾਂਗੇ। ਤਾਂ ਖੈਰ ਇਹਨਾਂ ਨੇ ਹੁਣ ਕਿਰਾਇਆ ਜਿਹੜਾ ਉਹ ਵਧਾ ਦਿੱਤਾ, ਯਾਨੀ ਜਿਹੜਾ ਸਧਾਰਨ ਬੱਸ ਦਾ ਕਿਰਾਇਆ ਸੀਗਾ ਅੱਗੇ 9 ਪੈਸੇ, ਉਹ ਵੱਧ ਕੇ ਹੁਣ 14 ਪੈਸੇ ਹੋ ਗਿਆ। ਤੇ ਫਿਰ ਜਿੱਦਾਂ ਸੈਮੀ ਏਸੀ ਬੱਸ ਆ ਉਹਦਾ 20%, ਏਸੀ ਬੱਸ ਦਾ 80%, ਤੇ ਵੋਲਵੋ ਦਾ ਤਕਰੀਬਨ 100% ਵਧਾ ਦਿੱਤਾ। ਯਾਨੀ ਫਿਰ ਬਾਦਲ ਸਾਹਿਬ ਦੀਆਂ ਬੱਸਾਂ ਨੂੰ ਛਾਂਦੀ ਜਾਂਦੀ ਆ, ਕਿਉਂਕਿ ਸਭ ਤੋਂ ਜ਼ਿਆਦਾ ਵੋਲਵੋ ਮੇਰੇ ਖਿਆਲ ਦੇ ਨਾਲ ਨਿੱਜੀ ਕਿਸੇ ਕੰਪਨੀ ਦੀਆਂ ਚੱਲਦੀਆਂ ਤਾਂ ਉਹ ਇਹਨਾਂ ਦੀਆਂ ਚੱਲਦੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅੱਜ ਦੀ ਤਰੀਕ ਦੇ ਵਿੱਚ ਵੋਲਵੋ 'ਚ ਵੀ ਮਿਡਲ ਕਲਾਸ ਹੀ ਸਫ਼ਰ ਕਰਦਾ। ਜੇ ਇਹ ਤਰਕ ਦੇਣ ਨਾ ਜੀ ਵੋਲਵੋ ਦੇ ਵਿੱਚ ਅਮੀਰ ਚੜ੍ਹਦੇ, ਨਹੀਂ ਮਿਡਲ ਕਲਾਸ ਵੀ ਚੜ੍ਹਦੇ ਆ ਅੱਜ ਕੱਲ੍ਹ। ਤਾਂ ਇਹ ਤੁਸੀਂ ਦੇਖ ਲਓ ਕਿ 80% ਏਸੀ ਬੱਸਾਂ ਦਾ, 20% ਸੈਮੀ ਏਸੀ ਬੱਸਾਂ ਦਾ, ਫਿਰ ਤੋਂ ਇਲਾਵਾ 5 ਪੈਸੇ ਇਹਨਾਂ ਨੇ ਦੂਜੇ ਸਧਾਰਨ ਬੱਸ ਦਾ ਕਿਰਾਇਆ ਵੀ ਵਧਾ ਦਿੱਤਾ। ਹੁਣ ਤਰਕ ਦਿੰਦੇ ਪਏ ਕਿ ਜੀ ਤੇਲ ਦਾ ਇਜ਼ਾਫਾ ਬਹੁਤ ਹੋਇਆ, ਤੇਲ ਦਾ ਰੇਟ ਬਹੁਤ ਵਧਿਆ, ਤੇ ਮੈਂ ਕੱਢੀ ਇਹਨਾਂ ਦੀ ਸਾਰੀ ਕੁੰਡਲੀ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਮੈਨੂੰ ਲੱਗਦਾ 10 ਅਗਸਤ ਤੋਂ ਹੁਣ ਤੱਕ ਜੇ ਵੇਖੀਏ ਤਾਂ ਡੀਜ਼ਲ ਦਾ ਰੇਟ ਫਿਰਦਾ, ਤੇ ਸਾਰੇ ਅਗਸਤ ਦੇ ਵਿੱਚ ਵੀ ਰੇਟ ਮੈਨੂੰ ਲੱਗਦਾ ਇਹੋ ਰਿਹਾ, ਰੇਟ ਮਾੜਾ ਮੋਟਾ ਉੱਤੇ ਥੱਲੇ ਹੁੰਦਾ ਰਹਿੰਦਾ ਡੇਲੀ, ਰੇਟ ਕੋਈ ਇੰਨਾ ਵਧਿਆ ਨਹੀਂ ਹੈ। ਪਰ ਇਹਨਾਂ ਨੇ ਚੱਕ ਕੇ ਕਿਰਾਇਆ ਜਿਹੜਾ ਚੁੱਪ ਚਪੀਤੇ ਵਧਾ ਦਿੱਤਾ। ਚਲੋ ਮੰਨ ਲਿਆ ਤਰਕ ਕਿ ਤੇਲ ਦੀਆਂ ਕੀਮਤਾਂ ਥੋੜੀਆਂ ਜਿਹੀਆਂ ਵਧੀਆਂ, ਪਰ ਬੰਦਾ ਪੁੱਛੇ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਅਸਮਾਨ ਤੋਂ ਸਿੱਧੀਆਂ ਭੋਏ ਤੇ ਡਿੱਗ ਪੈਂਦੀਆਂ ਜਾਂ ਇੱਥੇ ਇੰਡੀਆ ਦੇ ਵਿੱਚ ਕਾਟ ਕੀਤੀ ਜਾਂਦੀ ਹੈ, ਕੀ ਫਿਰ ਤੁਸੀਂ ਯਕਦਮ ਕਿਰਾਇਆ ਘਟਾਉਂਦੇ ਹੋ ਬੱਸਾਂ ਦਾ? ਨਹੀਂ, ਉਦੋਂ ਇਹ ਘਟਾਉਂਦੇ ਹੀ ਨਹੀਂ ਹੈ। ਪਹਿਲੀ ਗੱਲ ਘਟਾਉਂਦੇ ਨਹੀਂ, ਇਹ ਸਮਾਂ ਪਾ ਦਿੰਦੇ ਆ, ਵਕਫਾ ਪਾ ਦਿੰਦੇ ਆ 1-2 ਮਹੀਨੇ, ਫਿਰ ਉਦੋਂ ਤੱਕ ਫਿਰ ਜਿਹੜੀ ਇਨਕਰੀਜ਼ਮੈਂਟ ਹੈ ਉਹ ਹੋ ਜਾਂਦੀ ਆ ਰੇਟਾਂ ਦੇ ਵਿੱਚ। ਇਹ ਇਸ ਕਰਕੇ ਚਲਾਕੀਆਂ ਵਰਤੀਆਂ ਜਾਂਦੀਆਂ ਕਿਉਂਕਿ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ, ਇਹਨਾਂ ਦੀਆਂ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਇਹਨਾਂ ਦੀਆਂ ਕਿਤੇ ਨਾ ਕਿਤੇ ਬੱਸਾਂ ਚੱਲ ਰਹੀਆਂ, ਚਾਹੇ ਉਹ ਕਿਸੇ ਲੀਡਰ ਦੇ ਆ, ਚਾਹੇ ਅਕਾਲੀ ਆ, ਚਾਹੇ ਕੋਈ ਕਾਂਗਰਸੀ ਆ। ਤਾਂ ਇਹੀ ਕਾਰਨ ਆ ਕਿ ਇਹਨਾਂ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਆ ਇਹਨਾਂ ਦੇ ਫਾਇਦੇ ਵਾਸਤੇ ਇਹ ਕਿਰਾਇਆ ਜਿਹੜਾ ਵਧਾਇਆ ਜਾਂਦਾ ਜਦੋਂ ਵੀ ਉੱਤੋਂ ਦਬਾਅ ਪੈਂਦਾ ਤੇ ਸਰਕਾਰ ਜਿਹੜੀ ਆ ਉਹ ਪੈਸਿਆਂ 'ਚ ਇਜ਼ਾਫਾ ਕਰ ਦਿੰਦੀ ਆ, ਪਰ ਜਦੋਂ ਤੇਲ ਦੀਆਂ ਕੀਮਤਾਂ ਘੱਟਦੀਆਂ ਇਹ ਕਦੇ ਫਾਇਦਾ ਜਿਹੜਾ ਉਹ ਆਮ ਲੋਕ ਨੂੰ ਨਹੀਂ ਦਿੰਦੇ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਧਾਇਕ ਫੇਰ ਬਹਾਨਾ ਲਾ ਗਏ ਸਪੀਕਰ ਨੂੰ। ਹਾਂ, ਨਹੀਂ ਆਏ ਸਦੋਆ ਸਾਹਿਬ ਤੇ ਬਲਦੇਵ ਸਿੰਘ ਜੀ ਨੇ ਆਉਣਾ ਸੀਗਾ, 20 ਅਗਸਤ ਦਾ ਸਮਾਂ ਸੀਗਾ, ਇਹ ਨਹੀਂ ਆਏ। ਕਹਿੰਦੇ ਇੱਕ ਕਹਿੰਦਾ ਕਿ ਮੇਰੀ ਜੀ ਪਿੱਠ 'ਚ ਥੋੜਾ ਜਿਹਾ ਦਰਦ ਸੀਗਾ, ਮਾਸਟਰ ਬਲਦੇਵ ਸਿੰਘ ਜੀ ਕਹਿੰਦੇ ਆ ਸ਼ਾਇਦ ਮੈਨੂੰ ਲੱਗਦਾ ਕਿ ਪੜ੍ਹਾਈ ਪੜੂਈ ਜ਼ਿਆਦਾ ਕਰਵਾਉਂਦੇ ਰਹੇ ਆ, ਪਿੱਠ 'ਚ ਦਰਦ ਸੀਗਾ, ਕਹਿੰਦੇ ਕਿ ਜੀ ਨਹੀਂ ਆਏ, ਮੈਨੂੰ ਪੇਸ਼ੀ ਤੇ ਛੋਟ ਦਿਓ। ਤੇ ਅਮਰਜੀਤ ਸਿੰਘ ਸੰਧੂਆ ਕਹਿੰਦੇ ਆ ਕਿ ਦੇਖੋ ਜੀ ਮੇਰੇ ਬਜ਼ੁਰਗ ਬਿਮਾਰ ਛਮਾਰ ਚੱਲਦੇ ਪਏ ਆ ਤੇ ਉਹਨਾਂ ਦੀ ਦੇਖ ਰੇਖ ਕਰਨ ਵਾਲਾ ਕੋਈ ਨਹੀਂ, ਮੈਂ ਨਹੀਂ ਆ ਸਕਦਾ। ਤਾਂ ਕੁੱਲ ਮਿਲਾ ਕੇ ਬਹਾਨਾ, ਜਿਵੇਂ ਜਵਾਕਾਂ ਦਾ ਬਹਾਨਾ ਹੁੰਦਾ ਨਾ ਸਕੂਲ ਨਾ ਆਉਣ ਤੋਂ, ਤਾਂ ਇੱਥੇ ਆ ਕਿ ਵਿਧਾਇਕੀ ਦਾ ਛੁਟਕਾਰਾ ਨਾ ਪਾਉਣ ਤੋਂ ਸਿੱਧਾ ਸਾਫ ਫੰਡਾ ਹੈ ਕਿ ਜਿੰਨਾ ਚਿਰ ਬਚਦਾ ਕੰਮ ਬਚਾ ਕੇ ਚਲਾਈ ਚੱਲੋ। ਤਾਂ ਇਹ ਇਹਨਾਂ ਲੀਡਰਾਂ ਦਾ ਇਖਲਾਕ ਆ। ਖਹਿਰਾ ਸਾਹਿਬ ਵਰਗੇ ਕਈ ਕਈ ਹਫ਼ਤਿਆਂ ਤੱਕ ਨੋਟਸ ਹੀ ਨਹੀਂ ਫੜਦੇ, ਉਹਨਾਂ ਦੇ ਜਿਹੜੇ ਬਾਹਰ ਸੰਤਰੀ ਖੜੇ ਹੁੰਦੇ ਉਹ ਵੀ ਨੋਟਸ ਤੱਕ ਫੜਨ ਤੋਂ ਇਨਕਾਰ ਕਰ ਦਿੰਦੇ ਆ। ਫਿਰ ਫੂਲਕਾ ਸਾਹਿਬ ਦਾ 10 ਮਹੀਨੇ ਲਟਕਿਆ ਰਿਹਾ ਮਸਲਾ, ਇਹ ਇਖਲਾਕ ਹੈ ਇਹਨਾਂ ਦਾ। ਦੇਖ ਲਓ ਪਿੱਠ ਦਰਦ ਹੁੰਦੀ ਆ, ਤੁਸੀਂ ਲਗਜ਼ਰੀ ਕਾਰ 'ਚ ਬਹਿ ਕੇ ਜਾਣਾ ਉੱਥੇ ਕੀ ਆ, ਲੰਮੇ ਪੈ ਕੇ ਚੱਲ ਜਾਓ, ਕਿੱਡੀ ਗੱਲ ਆ। ਹੁਣ ਬਜ਼ੁਰਗ ਤੁਹਾਡਾ ਬਿਮਾਰ ਆ, ਆ 36 ਕਿਸਮ ਦੇ ਬਹਾਨੇ ਆ ਫਿਰ ਤੋਂ ਤੁਹਾਨੂੰ। ਤਾਂ ਕੁੱਲ ਮਿਲਾ ਕੇ ਇਹਨਾਂ ਨੇ ਕਰਨਾ ਕੀ ਆ ਕਿ ਸਮਾਂ ਕੱਢਣਾ। ਆ 2.5 ਸਾਲ ਦਾ ਵਕਫਾ ਹੋ ਗਿਆ, ਸਾਲ 6 ਮਹੀਨੇ ਕਿਤੇ ਹੋਰ ਨਿਕਲ ਗਏ ਤੇ ਬਸ ਠੀਕ ਠਾਕ ਆ ਕੰਮ। ਤੇ ਸਪੀਕਰ ਸਾਹਿਬ ਇੱਦਾਂ ਕਰਨ, ਜੇ ਨਹੀਂ ਉਹ ਕਹਿਣ ਕਿ ਕੋਈ ਗੱਲ ਨੀ ਹੈ, ਤੁਸੀਂ ਆਪਣਾ ਕੰਮ ਕਰ ਕਰੋ, ਇੱਕ ਦਿਨ ਮੈਂ ਗੱਡੀ ਚੱਕਦਾ, ਜਨਤਾ ਦੇ ਪੈਸੇ ਤੇ ਚੱਲਣੀ ਉਹ, ਇਹਨਾਂ ਨੇ ਕਿਹੜਾ ਉਹਦੇ ਵਿੱਚ ਆਪਦਾ ਲਹੂ ਪਾਉਣਾ। ਤੇ ਜਨਤਾ ਦੇ ਪੈਸੇ ਤੇ ਗੱਡੀ ਚੁੱਕਣ ਤੇ ਇਹਨਾਂ ਦੇ ਘਰਾਂ 'ਚ ਹੀ ਚੱਲ ਜਾਣ ਕਿ ਤੁਸੀਂ ਸਾਹਿਬ ਜੀ ਨਾ ਕਰੋ, ਖਿੱਚ ਲਓ ਅਸੀਂ ਆ ਜਾਂਦੇ ਹਾਂ, ਕੰਮ ਨਿਬੇੜੋ, ਸਿਆਪਾ ਛੱਡੋ। ਸੋ ਇਹ ਬੜੀ ਅਜੀਬੋ ਗਰੀਬ ਜੀ ਗੱਲ ਆ।
ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਇਸ ਸਪੀਕਰ ਤੇ ਨਹੀਂ ਕਰ ਸਕਦੇ, ਉਹ ਤੇ ਸਾਡੀ ਸੋਚ ਆ, ਪਰ ਹੋਣਾ ਏਦਾਂ ਹੀ ਚਾਹੀਦਾ, ਇਹਨਾਂ ਨੂੰ ਬੁਲਾਉਣਾ ਚਾਹੀਦਾ, ਇਹਨਾਂ ਨੂੰ ਅਖਲਾਕੀ ਤੌਰ ਤੇ ਲੋਕਾਂ ਨੂੰ ਵੀ ਮਜਬੂਰ ਕਰਨਾ ਚਾਹੀਦਾ ਕਿ ਭਾਈ ਤੁਸੀਂ ਸ਼ਰਮ ਲਾਈ ਆ। ਜਦੋਂ ਸੰਦੋਆ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ, ਉਦਣ ਸਪੀਕਰ ਖੁਦ ਉੱਥੇ ਮੌਜੂਦ ਸੀਗਾ ਜਿੱਦਣ ਉਹ ਸ਼ਾਮਿਲ ਹੋਇਆ, ਦੱਸੋ ਹੋਰ ਕੀ ਚਾਹੀਦਾ, ਕੀ ਪੁੱਛਣਾ ਸਪੀਕਰ ਨੇ? ਹਾਲੇ ਵੀ ਉਹਨੂੰ ਇਤਬਾਰ ਨਹੀਂ ਆਉਂਦਾ ਕਿ ਉਹ ਕਾਂਗਰਸ 'ਚ ਸ਼ਾਮਿਲ ਹੋ ਗਿਆ। ਫਿਰ ਬਲਦੇਵ ਸਿੰਘ ਚੋਣ ਤੱਕ ਲੜ ਗਿਆ, ਇਹ ਹਾਲੇ ਸਮਝ ਤੋਂ ਪਰੇ ਦੀ ਗੱਲ ਹੈ ਕਿ ਕਿਹੜੀਆਂ ਖਾਨਾ ਪੂਰਤੀਆਂ 'ਚ ਪਾਇਆ। ਪਰ ਜੋ ਵੀ ਆ, ਬਹੁਤ ਗਲਤ ਜਿਹਾ ਚੱਲਦਾ ਪਿਆ, ਏਡੇ ਗੈਰ ਇਖਲਾਕੀ ਬੰਦੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਹੋਏ ਲੋਕ ਆ, ਜਿਹਨਾਂ ਨੂੰ ਬਹੁਤ ਇਮਾਨਦਾਰ ਸਮਝਿਆ ਸੀਗਾ ਲੋਕਾਂ ਨੇ, ਬਹੁਤ ਪਿਆਰ ਦਿੱਤਾ ਸੀਗਾ ਕਿ ਸਧਾਰਨ ਘਰਾਂ 'ਚ ਉੱਠੇ ਆ। ਪਰ ਸਾਡੇ ਪੰਜਾਬੀ ਤੁਹਾਨੂੰ ਪਤਾ ਖੂਨ ਦੇ ਵਿੱਚ ਅੱਜ ਕੱਲ੍ਹ ਇਹੋ ਜਿਹੀ ਸਿਆਸਤ ਰਚ ਗਈ ਆ ਜਿਹਦੇ 'ਚ ਨਾ ਸਿਧਾਂਤ ਆ ਨਾ ਇਖਲਾਕ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਜੀ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ, ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਉਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ।